ਮਰੇ
ਰੱਬ ਦੇਈਲੇ ਵਰੈਸ ਰਾਪੈ ਕੱਪ ਦੇ ਮਰੇ ਵਕਤ ਪਰ।
ਵਿੱਚ ਜਾ ਸ਼ਬਦ ਆਪੇ ਅੰਮ੍ਰਿਤ
ਮੇਰੀ ਅਵੇ ਬਿਨਤੀ ਸੁਣ ਲੀਜੈ ਹੇ ਰਬ ਹੇ ਸਸ ਹੇ ਕਰੁਣਾ ਨਿਤ ਮੇਰੀ ਅਵੇ ਬਿਨਤੀ ਸੁਣ ਲੀ
ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ, ਮੋਹਿ ਪਾਪੀ ਪੜਦਾ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸੰਤਨ ਕਾ ਸਦਕਾ,
ਉਸਤਤ ਕਹਿਣ ਉਸਤਤ ਕਹਿਣ ਨਾ ਜਾਏ ਤੁਮਾਰੀ ਕੌਣ ਕਹੇ ਤੂੰ ਕਦ ਕਾ ਕੌਣ ਕਹੇ ਤੂੰ ਕਦ ਕਾ ਕਬੂ ਨਾ ਕਰੋ
ਨਾ ਡਰੋ ਅਰਸੋ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕਰ ਨਾ ਡਰੋ ਨਾ ਡਰੋ ਦੇਹ
ਦੇਹ ਸਿਵਾ ਭਰ ਮੋਹ ਹੈ, ਸ਼ੁਭ ਕਰਮਨ ਦੇ ਬਬੂ ਨਾ ਕਰੋ। ਦੇਹ ਸਿਵਾ ਭਰ ਮੋਹ ਹੈ, ਸ਼ੁਭ ਕਰਮਨ ਦੇ ਬਬੂ ਨਾ ਕਰੋ। ਨਾ ਡਰੋ ਅਰ ਸੋ ਜਗਬ ਜਾਏ ਡਰੋ, ਜਿਸ ਜੈ ਕਰ ਦੇਹ ਸਿਵਾ ਭਰ ਮੋਹ ਹੈ, ਸ਼ੁਭ ਕਰਮ ਦੇ ਕਬੂ ਨਾ ਕਰੋ। ਦੇਹ ਸਿਵਾ ਭਰ ਮੋਹ ਹੈ, ਸ਼ੁਭ ਕਰਮ ਦੇ ਕਬੂ ਨਾ ਕਰੋ। ਅਨਰੋ ਅਰ ਸੋ ਜਗਬ ਜਾਏ ਨਰੋ, ਇਸ ਜੈ ਕਰ ਅਗਨੀ ਜੀਤ ਕਰੋ। ਦੇਹ ਸਿਵਾ ਭਰ ਮੋਹ ਹੈ, ਸ਼ੁਭ ਕਰਮਨ ਤੇ ਕਬੂ ਨਾ ਕਰੋ। ਨਾ ਡਰੋ ਅਰ ਸੋ ਜਗ ਜਾਏ ਨਰੋ, ਨਿਸਚੈ ਕਰ
ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਨ ਪਾਈ, ਸਲੋ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇਦਾਈ ਦਾਇਆ, ਖਿਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਕਾ ਖਾਲਸਾ ਵਾਹਿ। ਚਵਰ ਛੱਤਰ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਧੰਨ ਇਹ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਬਾਣੀ ਦਾ ਮਨੋਹਰ ਕੀਰਤਨ ਸੁਣ ਰਹੇ ਗੁਰਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੰਡ ਦੇ ਨਗਰ ਦੇ ਸਾਰੇ ਵਾਸੀ ਧੰਤਾ ਦੇ ਯੋਗ ਨੇ, ਉਹਨਾਂ ਨੇ 550 ਇਹ ਦਿਨ ਮਨਾਉਣ ਦੀ ਖਾਤਰ ਅਖੰਡ ਪਾਠ ਸਾਹਿਬਾਂ ਦੀ ਇੱਕ ਲੜੀ ਸ਼ੁਰੂ ਕੀਤੀ। ਸ਼੍ਰੀ ਅਖੰਡ ਪਾਠ ਸਾਹਿਬਾਂ ਦੀ 159 ਪਾਠ ਸੰਪੂਰਨ ਹੋ ਜਾਣਾ, ਬਾਕੀ ਹੋਰ ਪਾਠ ਕਰਨ ਦਾ ਵੀ ਸੰਕਲਪ ਹੈ। ਔਰ ਸੰਤ ਮਹਾਂਪੁਰਖ ਅਮਰ ਸ਼ਹੀਦ ਮੱਦੇ ਮੁਜਾਹਿਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਤਿੰਨਾਂ ਨੇ ਸੰਗ ਸਾਥ ਵਿੱਚ ਮਸੂਮ ਜਿੰਦਾਂ ਸ਼੍ਰੋਮਣੀ ਸਿੰਘ, ਸੈਂਕੜੇ ਹਜ਼ਾਰਾਂ ਲੱਖਾਂ ਪ੍ਰਭਾਵਿਤ ਵਿਅਕਤੀਆਂ ਨੇ ਦੁੱਖ ਉਠਾਇਆ। ਤੀਸਰਾ ਘੱਲੂਘਾਰਾ ਜੂਨ 1984, ਉਸ ਦਿਨ ਨੂੰ ਮਨਾਉਂਦਿਆਂ, ਉਸ ਦਿਨ ਨੂੰ ਚੇਤੇ ਕਰਦਿਆਂ, ਉਸ ਦਿਨ ਨੂੰ ਫਿਰ ਪਰਪੱਕਤਾ ਆਪਣੇ ਮਨ ਨੂੰ ਦਿੰਦਿਆਂ, ਮਨ 'ਚ ਧਾਰ ਕੇ ਦਮਦਮੀ ਟਿਕ ਸਾਹਿਬ ਦੇ ਵਰਤਮਾਨ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪ੍ਰਧਾਨ ਸੰਤ ਸਮਾਜ ਜੀ ਨੇ, ਸੰਤਾਂ ਦਾ ਮਿਹਰਬਾਨੀ ਹੈ ਇਸ ਇਲਾਕੇ 'ਤੇ, ਸਾਰੀ ਸੰਗਤ ਦਾ ਸਹਿਯੋਗ ਲੈ ਕੇ ਸਾਰੀ ਸੰਗਤ ਦੀ ਅਭਿਲਾਸ਼ਾ ਨੂੰ ਪੂਰਨ ਕਰਦਿਆਂ ਇਹ ਧਾਰਮਿਕ ਸਮਾਗਮਾਂ ਦੀ, ਸ਼ਹੀਦੀ ਸਮਾਗਮਾਂ ਦੀ ਲੜੀ ਸ਼ੁਰੂ ਕੀਤੀ ਹੋਈ ਆ, ਜਿਹਦੇ ਵਿੱਚ ਤੁਹਾਡੇ ਗ੍ਰਾਂ 'ਚ ਤੁਹਾਡੇ ਪਿੰਡ 'ਚ ਅੱਜ ਇਹ ਸਮਾਗਮ ਹੋ ਰਿਹਾ, ਜਿੱਥੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਲਗਾਤਾਰ ਆਰੰਭ ਹੈ, ਉੱਥੇ ਅੱਜ ਵੀ ਧੰਤਾ ਦੇ ਯੋਗ ਹੋ ਮਹਾਂਪੁਰਖ ਬਿਰਾਜਮਾਨ ਨੇ, ਉਹਨਾਂ ਦੀ ਰਸਨਾ ਤੋਂ ਅਸੀਂ ਪਾਵਨ ਪਵਿੱਤਰ ਗੁਰ ਇਤਿਹਾਸ ਸਰਵਣ ਕਰਨਾ। ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਾਂ, ਜੀ ਆਇਆਂ ਨੂੰ ਬਹੁਤ ਬਹੁਤ ਸਤਿਕਾਰ ਅਤੇ ਅਭਿਨੰਦਨ, ਮਹਾਂਪੁਰਖੋ ਆਪ ਜੀ ਦਾ ਬਹੁਤ ਬਹੁਤ ਸਤਿਕਾਰ, ਸੰਗਤ ਅਭਿਲਾਸ਼ਾ ਰੱਖਦੀ ਹੈ, ਆਪ ਕਿਰਪਾ ਕਰੋ, ਆਪਣੀ ਰਸਨਾ ਤੋਂ ਗੁਰ ਇਤਿਹਾਸ ਨੂੰ ਸੁਣਾ ਕੇ ਨਿਹਾਲੋ ਨਿਹਾਲ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ
ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੁ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੋ ਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਝਾਂਜ ਮੁਕੰਦਾ ਅਪਰ ਕਿਦਾਰਾ ਹਿਤ ਕਲਿਆਣ ਆਏ ਗੁਰਦੁਆਰਾ ਝਾਂਜ ਮੁਕੰਦਾ ਅਪਰ ਕਿਦਾਰਾ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਜੁਗੋ ਜੁਗਾ ਟਲ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਨਗਰ ਭੀਲੋਵਾਲ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਇਹ ਵਿਸ਼ੇਸ਼ ਉੱਦਮ ਔਰ ਉਪਰਾਲਾ ਕੀਤਾ ਗਿਆ ਹੈ
ਕਿ 6 ਜੂਨ 1984 ਦਾ ਉਹ ਘੱਲੂਘਾਰਾ ਜਿਸ ਨੂੰ ਤੀਸਰਾ ਘੱਲੂਘਾਰਾ ਕਿਹਾ ਜਾਂਦਾ ਹੈ ਔਰ 1984 ਦੇ ਵਿੱਚ ਜੂਨ ਦੇ ਮਹੀਨੇ ਅੰਦਰ ਸਮੇਂ ਦੀ ਜੁਰਬਾਣੀ ਹਕੂਮਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਅਤੇ 37 ਹੋਰ ਗੁਰਧਾਮਾਂ ਦੇ ਉੱਤੇ ਬੜੇ ਬੇਰਹਿਮੀ ਦੇ ਨਾਲ ਬਹੁਤ ਹੀ ਦਰਦਨਾਕ ਔਰ ਭਿਆਨਕ ਹਮਲਾ ਕੀਤਾ ਜਿਸ ਨਾਲ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਖਾਲਸਾ ਪੰਥ ਦੀ ਆਤਮਾ ਝੰਡੋੜੀ ਗਈ। ਉਸ ਹਮਲੇ ਦੌਰਾਨ ਆਪਣੇ ਗੁਰਧਾਮਾਂ ਦੀ ਰੱਖਿਆ ਕਰਦਿਆਂ ਹੋਇਆਂ ਆਪਣੇ ਗੁਰਧਾਮਾਂ ਦੀ ਅਤੇ ਸਿੱਖ ਪੰਥ ਦੀ ਆਨ ਅਤੇ ਸ਼ਾਨ ਦੀ ਖਾਤਰ ਸਿੱਖ ਕੌਮ ਦੇ ਹੱਕਾਂ ਦੀ ਖਾਤਰ ਦਮਦਮੀ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਬਲੀ ਯੋਧੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੀ ਅਗਵਾਈ ਹੇਠ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਮਰ ਸ਼ਹੀਦ ਜਨਰਲ ਸਰਦਾਰ ਸੁਬੇਗ ਸਿੰਘ ਜੀ ਜਥੇਦਾਰ ਬਾਬਾ ਠਾਰਾ ਸਿੰਘ ਜੀ ਸਮੇਤ ਅਣਗਿਣਤ ਸਿੰਘਾਂ ਸਿੰਘਣੀਆਂ ਭਟੰਗੀਆਂ ਬਜ਼ੁਰਗਾਂ ਮਾਤਾਵਾਂ ਅਤੇ ਸੰਗਤਾਂ ਨੇ ਮਹਾਨ ਸ਼ਹੀਦੀਆਂ ਦਿੱਤੀਆਂ। ਇਹ ਸਮੁੱਚੇ ਸਮਾਗਮ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਵੱਖ ਵੱਖ ਨਗਰਾਂ ਦੇ ਅੰਦਰ ਇਹਨਾਂ ਸ਼ਹੀਦੀ ਦੀਵਾਨਾਂ ਦੀ ਲੜੀ ਜਾਰੀ ਹੈ ਔਰ 1 ਅਪ੍ਰੈਲ ਤੋਂ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਗਮ ਪ੍ਰਾਰੰਭ ਹੁੰਦੇ ਹਨ। ਅਪ੍ਰੈਲ ਦਾ ਪੂਰਾ ਮਹੀਨਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਔਰ ਮਈ ਦਾ ਮਹੀਨਾ ਆਪਣੇ ਇਸ ਜ਼ਿਲ੍ਹੇ ਦੇ ਅੰਦਰ ਵੱਖ ਵੱਖ ਨਗਰਾਂ ਦੇ ਅੰਦਰ ਇਹਨਾਂ ਸਮਾਗਮਾਂ ਦੇ ਵਿਸ਼ੇਸ਼ ਸੰਗਤਾਂ ਵੱਲੋਂ ਉਪਰਾਲੇ ਕੀਤੇ ਜਾਂਦੇ ਹਨ। ਆਪ ਸੰਗਤਾਂ ਨੇ ਜਥੇ ਦੇ ਛੋਟੇ ਵਿਦਿਆਰਥੀ ਭਟੰਗੀ ਸਿੰਘਾਂ ਤੋਂ ਅਤੇ ਰਾਗੀ ਭਾਈ ਰਣਜੀਤ ਸਿੰਘ ਜੀ ਦੇ ਜਥੇ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਆਓ ਸੰਗਤ ਜੀ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸਤਿਗੁਰਾਂ ਦੇ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਭਾਈ ਗੁਰਦਾਸ ਜੀ ਨੇ ਵੀ ਬੜਾ ਸੁੰਦਰ ਜ਼ਿਕਰ ਕੀਤਾ ਹੈ ਇਹ ਜੋ ਕਥਾ ਦੇ ਪ੍ਰਸੰਗ ਚੱਲ ਰਹੇ ਹਨ। ਗੁਰਸੰਗਤ ਜੀ ਇਹ ਕਥਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਸਮੇਂ ਅਨੁਸਾਰ ਜੋ ਜੋ ਸਿੱਖ ਆ ਕੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਦਰਸ਼ਨ ਕਰਦੇ ਰਹੇ ਔਰ ਜੋ ਜੋ ਉਹਨਾਂ ਨੇ ਬੇਨਤੀਆਂ ਕੀਤੀਆਂ ਜੋ ਜੋ ਦਾਤ ਉਹਨਾਂ ਨੇ ਸਤਿਗੁਰੂ ਜੀ ਦੇ ਦਰ ਤੋਂ ਮੰਗੀ ਉਹਨਾਂ ਦੀਆਂ ਬੇਨਤੀਆਂ ਸੁਣ ਕੇ ਉਹਨਾਂ ਨੂੰ ਸਤਿਗੁਰੂ ਜੀ ਨੇ ਜੋ ਉਪਦੇਸ਼ ਦਿੱਤੇ ਜੋ ਉਹਨਾਂ 'ਤੇ ਮਹਾਨ ਰਹਿਮਤਾਂ ਕੀਤੀਆਂ ਉਹ ਬਹੁਤ ਹੀ ਇਹ ਰਸਦਾਇਕ ਗੁਰ ਇਤਿਹਾਸ ਵਿੱਚ ਕਥਾ ਆ ਰਹੀ ਹੈ। ਸੋ ਸਾਧ ਸੰਗਤ ਜੀ ਜਿਹੜੇ ਅੱਜ ਦੇ ਪ੍ਰਸੰਗ ਹਨ ਇਹਨਾਂ ਵਿੱਚ
ਤਿੰਨ ਗੁਰਸਿੱਖਾਂ ਦਾ ਜ਼ਿਕਰ ਹੈ, ਭਾਈ ਝਾਂਜ, ਭਾਈ ਮੁਕੰਦਾ, ਭਾਈ ਕਿਦਾਰਾ। ਇਹ ਸਿੱਖਾਂ ਦੇ ਨਾਮ ਹਨ। ਇਹ ਤਿੰਨ ਸਿੱਖ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆਏ ਹੈ ਔਰ ਭਾਈ ਗੁਰਦਾਸ ਜੀ ਨੇ ਵੀ ਇਹਨਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ। ਝਾਂਜੂ ਅਤੇ ਮੁਕੰਦ ਹੈ, ਕੀਰਤਨ ਕਰੇ ਹਜ਼ੂਰ ਕਿਦਾਰਾ, ਕਿ ਭਾਈ ਝਾਂਜੂ, ਭਾਈ ਮੁਕੰਦ ਅਤੇ ਭਾਈ ਕਿਦਾਰਾ ਇਹ ਤਿੰਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਕੀਰਤਨ ਕਰਨ ਵਾਲੇ ਗੁਰਸਿੱਖ ਸਨ, ਜਿਨ੍ਹਾਂ ਉੱਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਹਾਨ ਕਿਰਪਾ ਜਿਵੇਂ ਹੋਈ ਹੈ। ਉਹ ਕਥਾ ਆਪ ਸੰਗਤਾਂ ਪੂਰੀ ਪੂਰੀ ਇਕਾਗਰਤਾ ਦੇ ਨਾਲ ਸੁਰਤੀਆਂ ਨੂੰ, ਮਨ ਨੂੰ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜ ਕਰਕੇ ਆਪ ਸੰਗਤਾਂ ਸ਼ਰਧਾ ਭਾਵਨਾ ਨਾਲ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਝਾਂਜ ਮੁਕੰਦਾ ਅਪਰ ਕਿਦਾਰਾ, ਭਾਈ ਝਾਂਜੂ, ਇੱਥੇ ਝਾਂਜ ਸ਼ਬਦ ਆਇਆ ਹੈ। ਭਾਈ ਝਾਂਜੂ, ਭਾਈ ਮੁਕੰਦਾ ਅਤੇ ਭਾਈ ਕਿਦਾਰਾ ਇਹ ਤਿੰਨ ਸਿੱਖ ਹਨ। ਹਿਤ ਕਲਿਆਣ ਆਏ ਗੁਰਦੁਆਰਾ, ਗੁਰਦੁਆਰੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰੂ ਦੀ ਸ਼ਰਨ ਵਿੱਚ ਆਉਣਾ ਗੁਰੂ ਦੇ ਦਰ 'ਤੇ ਆਉਣਾ ਹੈ। ਇਸ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਣੀ ਕਲਿਆਣ ਵਾਸਤੇ, ਆਪਣੇ ਭਲੇ ਵਾਸਤੇ, ਆਪਣੀ ਮੁਕਤੀ ਵਾਸਤੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਏ ਹਨ ਤਿੰਨੇ ਸਿੱਖ। ਤਿੰਨੋ ਨਮੋ ਕੀਨ ਥਿਤ ਪਾਸ, ਤਿੰਨੇ ਸਿੱਖਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੂੰ ਨਮਸਕਾਰ ਕਰਕੇ ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਬੜੀ ਸ਼ਰਧਾ ਨਾਲ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਜੁੜ ਗਏ ਹਨ। ਕਰ ਜੋਰਤ ਕੀਨੀ ਅਰਦਾਸ, ਹੱਥ ਜੋੜ ਕੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਇਹਨਾਂ ਸਿੱਖਾਂ ਨੇ ਹਜ਼ੂਰ ਨੂੰ ਬੇਨਤੀ ਕੀਤੀ ਹੈ। ਕਿਉਂ ਕਰ ਹੋਏ ਉਧਾਰ ਹਮਾਰੋ, ਹੇ ਮਹਾਰਾਜ, ਕਿਵੇਂ ਸਾਡਾ ਉਧਾਰ ਹੋ ਸਕਦਾ ਹੈ, ਸਾਡੀ ਮੁਕਤੀ ਕਿਵੇਂ ਹੋ ਸਕਦੀ ਹੈ? ਆਪ ਕਿਰਪਾ ਕਰੋ, ਉਧਾਰ ਦਾ ਮਤਲਬ ਸੰਸਾਰ ਤੋਂ ਸਾਡਾ ਪਾਰ ਉਤਾਰਾ ਕਿਵੇਂ ਹੋ ਸਕਦਾ ਹੈ, ਜੰਮਣ ਮਰਨ ਸਾਡਾ ਕਿਵੇਂ ਮਿਟ ਸਕਦਾ ਹੈ? ਆਪ ਕਿਰਪਾ ਕਰਕੇ ਸੱਚੇ ਪਾਤਸ਼ਾਹ ਐਸਾ ਉਪਦੇਸ਼ ਦਿਓ ਜਿਸ ਕਰਕੇ ਸਾਨੂੰ ਵੀ ਮੁਕਤੀ ਦਾ ਦਾਨ ਪ੍ਰਾਪਤ ਹੋਵੇ। ਆਪ ਮੁਕੰਦ ਉਪਾਏ ਉਚਾਰੋ, ਮੁਕਤੀ ਦਾ ਜੋ ਕੋਈ ਉਪਾਅ ਸਾਧਨ ਹੈ, ਮੁਕਤੀ ਨੂੰ ਪ੍ਰਾਪਤ ਕਰਨ ਦਾ ਜੋ ਕੋਈ ਸੁਖੈਨ ਤਰੀਕਾ ਹੈ ਸੱਚੇ ਪਾਤਸ਼ਾਹ, ਉਹ ਸਾਨੂੰ ਆਪਣੇ ਮੁਖਾਰਬਿੰਦ ਤੋਂ ਦੱਸਣਾ ਕਰੋ। ਸੁਣ ਸ਼੍ਰੀ ਅਰਜਨ ਤਬਹਿ ਬਖਾਨਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਵਕਤ ਇਹਨਾਂ ਗੁਰਸਿੱਖਾਂ ਨੇ ਜੋ ਪ੍ਰਸ਼ਨ ਕੀਤਾ, ਬੇਨਤੀ ਕੀਤੀ, ਉਸ ਦਾ ਉੱਤਰ ਦਿੱਤਾ ਹੈ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ। ਤੁਮ ਜਾਣਤ ਹੋ ਰਾਗ ਮਹਾਨਾ, ਮਹਾਰਾਜ ਕਹਿਣ ਲੱਗੇ ਭਾਈ ਤੁਸੀਂ ਤਾਂ ਅੱਗੇ ਹੀ ਕੀਰਤਨ ਕਰਨਾ ਜਾਣਦੇ ਹੋ, ਤੁਹਾਨੂੰ ਰਾਗਾਂ ਦੀ ਬੜੀ ਸੋਝੀ ਹੈ, ਰਾਗ, ਰਾਗਾਂ ਦਾ ਗਿਆਨ, ਰਾਗਾਂ ਦਾ ਗਾਇਨ ਕਰਨਾ ਇਹ ਸਾਰਾ ਤੁਹਾਨੂੰ ਅੱਗੋਂ ਹੀ ਪਹਿਲਾਂ ਹੀ ਆਉਂਦਾ ਹੈ, ਭਾਵ ਰਾਗਾਂ ਦੀ ਜਾਣਕਾਰੀ ਤੁਹਾਨੂੰ ਅੱਗੇ ਹੀ ਵਾਹਿਗੁਰੂ ਪਰਮੇਸ਼ਰ ਨੇ ਪਹਿਲਾਂ ਹੀ ਬਖਸ਼ਿਸ਼ ਕੀਤੀ ਹੈ। ਤੁਸੀਂ ਰਾਗਾਂ ਵਿੱਚ ਜੋ ਮਹਾਨ ਕੀਰਤਨ ਕਰਨਾ
ਇਹ ਪਹਿਲਾਂ ਹੀ ਜਾਣਦੇ ਹੋ, ਤੁਹਾਨੂੰ ਰਾਗਾਂ ਦਾ ਪੂਰਾ ਗਿਆਨ ਹੈ। ਗੁਰਬਾਣੀ ਰਾਗਨ ਮਹਿ ਗਾਓ, ਇਸ ਲਈ ਜਦੋਂ ਵੀ ਕੀਰਤਨ ਕਰੋ ਗੁਰੂ ਕੀ ਬਾਣੀ ਦਾ, ਰਾਗਾਂ ਵਿੱਚ ਕੀਰਤਨ ਕਰਨਾ ਹੈ, ਰਾਗਾਂ ਵਿੱਚ ਗੁਰਬਾਣੀ ਦੇ ਕੀਰਤਨ ਦਾ ਗਾਇਨ ਕਰਨਾ ਹੈ। ਨੀਕੇ ਪ੍ਰਭ ਕੋ ਸੁਜਸ ਬਸਾਓ, ਔਰ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਜਸ ਹੈ ਨਾ, ਉਹ ਕੀਰਤਨ ਵਿੱਚ ਸੰਗਤਾਂ ਨੂੰ ਵੀ ਸਰਵਣ ਕਰਵਾਉਣਾ ਅਤੇ ਆਪਣੇ ਹਿਰਦੇ ਵਿੱਚ ਵੀ ਪਰਮੇਸ਼ਰ ਦੀ ਸਦਾ ਹੀ ਮਹਿਮਾ ਕਰਨੀ, ਜਸ ਕਰਨਾ, ਸਿਫਤ ਕਰਨੀ, ਉਹਦੇ ਗੁਣ ਗਾਉਣੇ, ਵਾਹਿਗੁਰੂ ਦੀ ਸਿਫਤ ਸਲਾਹ ਆਪਣੇ ਹਿਰਦੇ ਵਿੱਚ ਵੀ ਵਸਾਉਣੀ ਹੈ। ਜਿਉਂ ਜਿਉਂ ਆਨੰਦ ਰਾਗ ਤੇ ਪਾਓ, ਜਿਵੇਂ ਜਿਵੇਂ ਗੁਰਬਾਣੀ ਦਾ ਕੀਰਤਨ ਕਰਕੇ ਪ੍ਰੇਮ ਨਾਲ ਤੁਹਾਨੂੰ ਗੁਰਬਾਣੀ ਦੇ ਵਿੱਚੋਂ ਕੀਰਤਨ ਕਰਦਿਆਂ, ਰਾਗਾਂ ਵਿੱਚ ਕੀਰਤਨ ਕਰਦਿਆਂ, ਸਤਿਗੁਰੂ ਜੀ ਦੀ ਬਾਣੀ ਦਾ ਰਾਗਾਂ ਵਿੱਚ ਕੀਰਤਨ ਕਰਦਿਆਂ ਆਨੰਦ ਆਵੇ, ਬਹੁਤਾ ਰਸ ਆਵੇ। ਧੰਨ ਸੋ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਏ, ਉਹ ਰਾਗ ਧੰਨਤਾ ਦੇ ਯੋਗ ਹਨ। ਉਹ ਰਾਗਾਂ ਨੂੰ ਗਾਇਨ ਕਰਨ ਵਾਲੇ ਸੁਰੰਗੜੇ ਸ੍ਰੇਸ਼ਟ ਸਤਿਗੁਰੂ ਦੇ ਦਰ ਦੇ ਰਾਗੀ, ਉਹ ਵੀ ਧੰਨਤਾ ਦੇ ਯੋਗ ਹਨ ਜੋ ਵਾਹਿਗੁਰੂ ਪਰਮੇਸ਼ਰ ਦੇ ਗੁਣ ਸਤਿਗੁਰਾਂ ਦੀ ਬਾਣੀ ਦੁਆਰਾ ਰਾਗਾਂ ਵਿੱਚ ਗਾਇਨ ਕਰਦੇ ਹਨ। ਇਸ ਕਰਕੇ ਮਹਾਰਾਜ ਕਹਿੰਦੇ ਕੀਰਤਨ ਕਰਦਿਆਂ ਜਿਵੇਂ ਜਿਵੇਂ ਤੁਹਾਨੂੰ ਬਹੁਤਾ ਰਸ, ਬਹੁਤਾ ਆਨੰਦ ਆਪਣੇ ਆਪ ਨੂੰ ਆਵੇ। ਇੱਕ ਤਾਂ ਦੂਸਰੇ ਨੂੰ ਆਨੰਦ ਦੇਣਾ ਕੀਰਤਨ ਕਰਕੇ, ਬਾਣੀ ਪੜ੍ਹ ਕੇ, ਕਥਾ ਸੁਣਾ ਕੇ, ਇੱਕ ਆਪਣੇ ਆਪ ਨੂੰ ਰਸ ਆਵੇ, ਆਨੰਦ ਆਵੇ। ਸਾਧ ਸੰਗਤ ਜੀ, ਅਸਲੀ ਤਾਂ ਕਿਰਪਾ ਉਦੋਂ ਹੀ ਹੁੰਦੀ ਹੈ ਜਦੋਂ ਗੁਰਬਾਣੀ ਪੜ੍ਹਦਿਆਂ ਆਪਣੇ ਆਪ ਨੂੰ ਰਸ ਆਉਣ ਲੱਗ ਜਾਏ, ਆਨੰਦ ਆਉਣ ਲੱਗ ਜਾਏ। ਕੀਰਤਨ ਕਰਦਿਆਂ ਵੀ ਆਪਣੇ ਆਪ ਨੂੰ ਆਨੰਦ ਆਏ, ਰਸ ਆਏ, ਮਨ ਵਿੱਚ ਪ੍ਰੇਮ ਪੈਦਾ ਹੋਵੇ, ਟਿਕਾ ਆਏ, ਧੀਰਜ ਪੈਦਾ ਹੋਵੇ। ਕਥਾ ਕਰਦਿਆਂ ਵੀ ਆਪ ਨੂੰ ਰਸ ਆਏ, ਆਨੰਦ ਆਏ। ਇਸ ਕਰਕੇ ਉਹ ਫਿਰ ਅਸਲ ਗਾਵਿਆ ਸੁਣਿਆ ਤਿਨਕਾ ਹਰਥਾਏ ਪਾਵੇ, ਉਹਨਾਂ ਨੂੰ ਹੋਰ ਵਧੇਰੇ ਫਲ ਪ੍ਰਾਪਤ ਹੁੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦਾ ਜਸ ਕੀਰਤਨ ਰੂਪ ਵਿੱਚ ਗਾਉਣਾ ਵੀ ਹੈ, ਆਪਣੇ ਹਿਰਦੇ ਵਿੱਚ ਵੀ ਵਾਹਿਗੁਰੂ ਦਾ ਪ੍ਰੇਮ ਵਸਾਉਣਾ ਹੈ। ਤਿਉਂ ਤਿਉਂ ਪ੍ਰੇਮ ਅਦਕ ਉਪਜਾਓ, ਉਵੇਂ ਉਵੇਂ ਪਰਮੇਸ਼ਰ ਦੇ ਨਾਲ ਬਹੁਤਾ ਪ੍ਰੇਮ ਤੁਹਾਡਾ ਬਣੇਗਾ, ਪ੍ਰੇਮ ਪੈਦਾ ਹੋਵੇਗਾ ਮਨ ਵਿੱਚ। ਕਲਯੁਗ ਮੈਂ ਕੀਰਤਨ ਮਾਨਿੰਦ, ਕਲਯੁਗ ਦੇ ਵਿੱਚ ਕੀਰਤਨ ਦੇ ਤੁਲ, ਕੀਰਤਨ ਦੇ ਸਮਾਨ ਨਹੀਂ ਅਪਰ ਕੋ ਇਹੀ ਬਿਲੰਦ। ਇਸ ਕਲਯੁਗ ਦੇ ਵਿੱਚ ਹੋਰ ਕੋਈ ਸਾਧਨ ਮੁਕਤੀ ਦਾ ਇਸ ਤੋਂ ਵੱਡਾ ਨਹੀਂ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕਲਯੁਗ ਦੇ ਵਿੱਚ ਭਾਈ ਕੀਰਤਨ ਭਗਤੀ ਸਭ ਤੋਂ ਮੁੱਖ ਹੈ। ਸਤਿਗੁਰੂ ਜੀ ਨੇ ਕੀਰਤਨ ਭਗਤੀ ਨੂੰ ਬਹੁਤ ਵੱਡਾ ਰੁਤਬਾ ਦਿੱਤਾ। ਦੇਖੋ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ 14 ਸਾਲ ਤੋਂ ਉੱਤੇ ਅਰਸਾ ਸ੍ਰੀ ਸੁਲਤਾਨਪੁਰ ਸਾਹਿਬ ਲੋਧੀ ਦੀ ਧਰਤੀ 'ਤੇ ਰਹੇ, ਮੋਦੀਖਾਨੇ ਦੀ ਕਾਰ ਕੀਤੀ, ਸੱਚਖੰਡ ਤੋਂ ਸਤਿਗੁਰੂ ਜੀ ਮੂਲ ਮੰਤਰ ਲੈ ਕੇ ਆਏ, ਵਾਹਿਗੁਰੂ ਮੰਤਰ ਦਾ ਨਾਮ ਸਾਨੂੰ ਲਿਆ ਕੇ ਦਿੱਤਾ। ਅਤੇ ਉਸ ਵਕਤ ਸਤਿਗੁਰੂ ਜੀ ਜਦੋਂ ਲੋਕਾਈ ਨੂੰ ਤਾਰਨ ਵਾਸਤੇ ਸ੍ਰੀ ਸੁਲਤਾਨਪੁਰ ਸਾਹਿਬ ਤੋਂ ਤੁਰੇ, ਨਾਲ ਭਾਈ ਬਾਲਾ ਜੀ, ਨਾਲ ਭਾਈ ਮਰਦਾਨਾ ਜੀ, ਦੋਨੋਂ ਸਿੱਖਾਂ ਨੂੰ ਨਾਲ ਲੈ ਕੇ ਤੁਰੇ ਹਨ।
ਔਰ ਉਸ ਵਕਤ ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਬਚਨ ਕੀਤਾ ਕਿ ਜਾਓ ਭਾਈ ਫਰੰਦੇ ਕੋਲੋਂ ਰਬਾਬ ਲੈ ਕੇ ਆਓ। ਭਾਈ ਫਰੰਦਾ ਜਿਹੜਾ ਸੀ ਉਹ ਪਹਿਲਾਂ ਹੀ ਰਬਾਬ ਦਾ ਸਾਜ਼ ਆਪਣੇ ਹੱਥੀਂ ਤਿਆਰ ਕਰਕੇ ਰਾਗਾਂ ਦੇ ਧਨੀਆਂ ਨੂੰ ਦਿਆ ਕਰਦਾ ਸੀ, ਔਰ ਜਿਹੜੀ ਰਬਾਬ ਉਹਨੇ ਵਿਸ਼ੇਸ਼ ਤੌਰ 'ਤੇ ਉਸ ਸਮੇਂ ਤਿਆਰ ਕੀਤੀ ਰੇਸ਼ਮ ਦੀਆਂ ਤਾਰਾਂ ਦੇ ਨਾਲ ਮੜ ਕੇ, ਉਸ ਕੋਲੋਂ ਪ੍ਰੇਰਨਾ ਰੂਪ ਵਿੱਚ ਸਤਿਗੁਰਾਂ ਨੇ ਵੱਖਰੇ ਢੰਗ ਨਾਲ ਹੀ ਤਿਆਰ ਕਰਵਾ ਕੇ ਪਹਿਲਾਂ ਹੀ ਰਖਾਈ ਹੋਈ ਸੀ। ਜਦੋਂ ਭਾਈ ਮਰਦਾਨੇ ਨੂੰ ਸਤਿਗੁਰੂ ਜੀ ਤੋਰਨ ਲੱਗੇ ਸੁਲਤਾਨਪੁਰ ਸਾਹਿਬ ਤੋਂ ਬੇਬੇ ਨਾਨਕੀ ਜੀ ਦੇ ਘਰ ਤੋਂ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਈ ਮਰਦਾਨੇ ਨੂੰ ਕਹਿਣ ਲੱਗੇ ਜਾ ਰਬਾਬ ਲੈ ਕੇ ਆ। ਬੇਬੇ ਨਾਨਕੀ ਜੀ ਉਸ ਵਕਤ ਘਰ ਦੇ ਅੰਦਰ ਗਏ, ਉਹਨਾਂ ਨੇ ਭਾਈ ਮਰਦਾਨੇ ਨੂੰ ਲਿਆ ਕੇ ਉਸ ਸਮੇਂ ਚਾਂਦੀ ਦੇ ਰੁਪਏ ਭਾਈ ਮਰਦਾਨੇ ਦੀ ਝੋਲੀ ਵਿੱਚ ਪਾਏ। ਕਹਿਣ ਲੱਗੇ ਇਹ ਰਬਾਬ ਤੈਨੂੰ ਐਵੇਂ ਨਹੀਂ ਮਿਲਣੀ, ਭਰਾਤਾ ਸਤਿਗੁਰੂ ਜੀ ਨੇ ਬਚਨ ਕਰ ਦਿੱਤਾ ਹੈ, ਪਰ ਰਬਾਬ ਦੀ ਤਾਂ ਮੁੱਲ ਤਾਰਨਾ ਹੀ ਪਵੇਗਾ ਨਾ, ਮੁੱਲ ਦੇਣਾ ਹੀ ਪਵੇਗਾ, ਮੁੱਲ ਹੀ ਲਿਆਉਣੀ ਪਵੇਗੀ ਨਾ, ਇਸ ਕਰਕੇ ਇਹ ਮਾਇਆ ਤੁਸੀਂ ਮੇਰੇ ਕੋਲੋਂ ਲੈ ਜਾਓ ਅਤੇ ਸਤਿਗੁਰੂ ਜੀ ਦਾ ਬਚਨ ਮੰਨ ਕੇ ਰਬਾਬ ਲੈ ਕੇ ਆਓ। ਇਉਂ ਪਹਿਲੀ ਰਬਾਬ ਨੂੰ ਖਰੀਦਣ ਦੀ ਮਾਇਆ ਵੀ ਬੇਬੇ ਨਾਨਕੀ ਜੀ ਨੇ ਦਿੱਤੀ, ਔਰ ਸੁਲਤਾਨਪੁਰ ਸਾਹਿਬ ਤੋਂ ਭਾਈ ਮਰਦਾਨਾ ਜੀ ਨੂੰ ਭਾਈ ਫਰੰਦੇ ਦੇ ਪਾਸ ਭੇਜ ਕੇ ਰਬਾਬ ਲਿਆਂਦੀ, ਔਰ ਪਹਿਲਾ ਕੀਰਤਨ ਹਜ਼ੂਰ ਨੇ ਸੁਲਤਾਨਪੁਰ ਸਾਹਿਬ ਵਿਖੇ ਭਾਈ ਮਰਦਾਨੇ ਨੇ ਰਬਾਬ ਵਜਾਈ ਔਰ ਸਤਿਗੁਰਾਂ ਨੇ ਬਾਣੀ ਦਾ ਕੀਰਤਨ ਕੀਤਾ। ਕੀਰਤਨ ਤੋਂ ਸੰਸਾਰ ਨੂੰ ਤਾਰਨ ਦੀ ਸਤਿਗੁਰੂ ਮਹਾਰਾਜ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਉਹ ਸੁਲਤਾਨਪੁਰ ਸਾਹਿਬ ਤੋਂ ਆਰੰਭ ਕਰਕੇ ਕੀਰਤਨ ਦੁਆਰਾ ਜਿੱਥੇ ਜਿੱਥੇ ਵੀ ਗਏ ਸੱਚੇ ਪਾਤਸ਼ਾਹ ਸੰਸਾਰ ਦੇ ਕੋਨੇ ਕੋਨੇ ਵਿੱਚ, ਭਾਈ ਮਰਦਾਨਿਆਂ ਕਾਈ ਸਿਫਤ ਕਰਤਾਰ ਦੀ ਕਰੀਏ, ਬਾਣੀ ਆਈ ਹੈ ਰਬਾਬ ਵਜਾ। ਇਹ ਸਾਡੀਆਂ ਜਨਮ ਸਾਖੀਆਂ ਦੇ ਬੋਲ ਹਨ ਕਿ ਰਬਾਬ ਵਜਾ, ਸੱਚਖੰਡ ਤੋਂ ਬਾਣੀ ਆ ਰਹੀ ਹੈ, ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ। ਭਾਈ ਮਰਦਾਨੇ ਨੇ ਰਬਾਬ ਵਜਾਉਣੀ, ਸਤਿਗੁਰਾਂ ਨੇ ਕੀਰਤਨ ਕਰਨਾ। ਇਹ ਕੀਰਤਨ ਦੀ ਦਾਤ ਆਪਾਂ ਨੂੰ ਗੁਰਸਿੱਖਾਂ ਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੀ ਝੋਲੀ ਵਿੱਚ ਪਾਈ, ਸਾਡੇ ਉੱਤੇ ਮਹਾਨ ਬਖਸ਼ਿਸ਼ਾਂ ਮਹਾਨ ਰਹਿਮਤਾਂ ਕੀਤੀਆਂ। ਇਹ ਦੋ ਹੀ ਸਿੱਖ ਸਨ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਨਾਲ ਚੌਂ ਕੁੰਟਾਂ ਦੇ ਵਿੱਚ ਜਾ ਕੇ ਲੋਕਾਈ ਨੂੰ ਤਾਰਨ ਵਿੱਚ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕੀਤੀ, ਇੱਕ ਭਾਈ ਬਾਲਾ ਇੱਕ ਭਾਈ ਮਰਦਾਨਾ। ਪਰ ਮੈਨੂੰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਭਾਈ ਬਾਲੇ ਦਾ ਦੇਖੋ 550 ਸਾਲਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਾਰਾ ਪੰਥ ਮਨਾਉਣ ਜਾ ਰਿਹਾ, ਭਾਈ ਬਾਲੇ ਦਾ ਕਿਤੇ ਜ਼ਿਕਰ ਹੀ ਨਹੀਂ, ਕੋਈ ਨਹੀਂ ਇਸ ਗੱਲ ਉੱਤੇ ਆਵਾਜ਼ ਉਠਾਉਂਦਾ ਕਿ ਭਾਈ ਬਾਲਾ ਜੀ ਨੂੰ ਵੀ ਯਾਦ ਕਰੀਏ, ਭਾਈ ਮਰਦਾਨਾ ਜੀ ਨੂੰ ਵੀ ਯਾਦ ਕਰੀਏ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਦੀ ਐਡੀ ਭਾਰੀ ਸੇਵਾ ਕੀਤੀ। ਸਾਧ ਸੰਗਤ ਜੀ, ਸਾਡੇ ਕੋਲ ਭਾਈ ਬਾਲਾ ਜੀ ਦੇ ਐਡੇ ਵੱਡੇ ਇਤਿਹਾਸਕ ਪ੍ਰਮਾਣ ਮੌਜੂਦ ਹਨ
ਕਿ ਖਡੂਰ ਸਾਹਿਬ ਅੱਜ ਵੀ ਗੁਰਦੁਆਰਾ ਤਪਿਆਣਾ ਸਾਹਿਬ ਦੇ ਨਾਲ ਹੀ ਭਾਈ ਬਾਲਾ ਜੀ ਦੀ ਸਮਾਧ ਹੈ, ਜਿੱਥੇ ਉਹਨਾਂ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ। ਸਾਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਭਾਈ ਬਾਲਾ ਜੀ ਨੇ ਸੁਣਾਈ। ਪੈੜੇ ਮੋਖੇ ਤੋਂ ਸੁਲਤਾਨਪੁਰ ਸਾਹਿਬ ਤੋਂ ਬੁਲਾ ਕੇ ਉਹ ਸਾਰੀ ਕਥਾ ਲਿਖਾਈ, ਜਿਸ ਦਾ ਨਾਮ ਭਾਈ ਬਾਲੇ ਵਾਲੀ ਜਨਮ ਸਾਖੀ ਹੈ। ਭਾਈ ਬਾਲੇ ਦਾ ਖੂਹ ਅੱਜ ਵੀ ਸ਼੍ਰੀ ਨਨਕਾਣਾ ਸਾਹਿਬ ਸੁਭਾਈਮਾਨ ਹੈ। ਐਡੇ ਵੱਡੇ ਇਤਿਹਾਸਕ ਪ੍ਰਮਾਣ ਹੋਣ, ਕੁਝ ਲੋਕ ਸਾਜਿਸ਼ੀ ਢੰਗ ਨਾਲ ਭਾਈ ਬਾਲਾ ਜੀ ਨੂੰ ਮਨਫੀ ਕਰ ਰਹੇ ਹੈ ਕਿ ਭਾਈ ਬਾਲਾ ਨਾਮ ਦਾ ਸਿੱਖ ਹੀ ਨਹੀਂ ਹੋਇਆ, ਦੁਬਧਾ ਪਾਉਣ ਵਾਸਤੇ ਸੰਗਤਾਂ ਦੇ ਵਿੱਚ। ਸੋ ਭਾਈ, ਆਪਾਂ ਇਹਨਾਂ ਗੱਲਾਂ ਤੋਂ ਸੁਚੇਤ ਰਹਿਣਾ ਕਿ ਇਹ ਦੋ ਸਿੱਖ ਸਤਿਗੁਰੂ ਮਹਾਰਾਜ ਜੀ ਦੇ ਨਾਲ ਰਹੇ ਅੱਠੇ ਪੈਰ। ਭਾਈ ਬਾਲਾ ਜੀ ਨੇ ਚੌਰ ਦੀ ਸੇਵਾ, ਵਸਤਰਾਂ ਦੀ ਸੇਵਾ, ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣਾ, ਅਤੇ ਸਤਿਗੁਰੂ ਜੀ ਦੀ ਆਗਿਆ ਵਿੱਚ ਜਿੱਥੇ ਸਤਿਗੁਰਾਂ ਨੇ ਭੇਜਣਾ ਉੱਥੇ ਭਾਈ ਮਰਦਾਨਾ ਜੀ ਨੇ ਜਾਣਾ। ਇਸ ਕਰਕੇ ਦੋ ਸਿੱਖ ਅੱਠੇ ਪਹਿਰ ਸਤਿਗੁਰੂ ਜੀ ਦੇ ਨਾਲ ਰਹੇ। ਸਾਨੂੰ ਇਹਨਾਂ ਗੁਰਸਿੱਖਾਂ ਦੀ ਯਾਦ ਜ਼ਰੂਰ ਬਰ ਜ਼ਰੂਰ ਨਾਲ ਮਨਾਉਣੀ ਚਾਹੀਦੀ ਹੈ। ਭਾਈ ਬਾਲਾ ਜੀ ਨੂੰ ਵੀ ਯਾਦ ਕਰੋ, ਭਾਈ ਮਰਦਾਨਾ ਜੀ ਨੂੰ ਵੀ ਯਾਦ ਕਰੋ, ਜਿਨ੍ਹਾਂ ਨੇ ਐਡੀ ਵੱਡੀ ਸੇਵਾ ਕੀਤੀ ਹੈ। ਥੋੜ੍ਹਾ ਥੋੜ੍ਹਾ ਕਿਸੇ ਪੱਖ ਵਿੱਚ ਕਿਤੇ ਵੀ ਕੋਈ ਯੋਗਦਾਨ ਪਾਵੇ, ਆਪਾਂ ਸਦਾ ਯਾਦ ਰੱਖਦੇ ਹਾਂ ਕਿ ਫਲਾਨੇ ਬੰਦੇ ਨੇ ਆਹ ਭਲਾ ਕੀਤਾ, ਪਰ ਉਪਕਾਰ ਕੀਤਾ, ਨੇਕ ਦਾ ਕੰਮ ਕੀਤਾ। ਜਿਹੜਾ ਇਤਿਹਾਸ ਅੱਜ ਆਪਾਂ ਸੁਣ ਰਹੇ ਹਾਂ ਗੁਰੂ ਨਾਨਕ ਸਾਹਿਬ ਜੀ ਦਾ, ਜਿੰਨਾ ਵੀ, ਜੇ ਭਾਈ ਬਾਲਾ ਨਾ ਹੁੰਦੇ ਗੁਰੂ ਨਾਨਕ ਸਾਹਿਬ ਦਾ ਜੀਵਨ ਬਿਰਤਾਂਤ ਸਾਨੂੰ ਕਿੱਥੋਂ ਮਿਲਣਾ ਸੀ। ਭਾਈ ਬਾਲਾ ਜੀ ਨੇ ਗੁਰੂ ਨਾਨਕ ਸਾਹਿਬ ਦਾ ਸਾਰਾ ਇਤਿਹਾਸ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤਾ। ਇਸ ਤੋਂ ਵੱਡੀ ਦੇਣ ਹੋਰ ਕੀ ਹੋ ਸਕਦੀ ਹੈ? ਭਾਈ ਬਾਲੇ ਦੀ ਜਨਮ ਸਾਖੀ ਵਿੱਚੋਂ ਹੀ ਅੱਗੇ ਭਾਈ ਮਨੀ ਸਿੰਘ ਨੇ ਜਨਮ ਸਾਖੀ ਲਿਖੀ ਹੈ, ਜਾਂ ਹੋਰ ਵੀ ਜਨਮ ਸਾਖੀਆਂ ਅੱਗੇ ਜ਼ਿਕਰ ਆਇਆ ਉਹਨਾਂ ਦਾ ਜਿੰਨੀਆਂ ਵੀ, ਉਹਨਾਂ ਸਾਰਿਆਂ ਦਾ ਮੁੱਢ ਭਾਈ ਬਾਲਾ ਜੀ ਹੈ। ਇਸ ਕਰਕੇ ਭਾਈ ਬਾਲਾ ਜੀ ਦਾ ਬਹੁਤ ਵੱਡਾ ਪਰਉਪਕਾਰ ਹੈ। ਭਾਈ ਬਾਲਾ ਜੀ ਨੂੰ ਅਖੀਰ ਤਾਂ ਗੁਰੂ ਅੰਗਦ ਦੇਵ ਜੀ ਨੇ ਆਪਣੇ ਚਰਨਾਂ ਵਿੱਚ ਆਪਣੇ ਪਾਸ ਰੱਖਿਆ। ਇਹ ਉਹਨਾਂ ਦਾ ਪਰਉਪਕਾਰ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਸਾਡੇ ਤੱਕ ਪਹੁੰਚਿਆ ਹੈ। ਇਸ ਕਰਕੇ ਤਾਂ ਮੈਂ ਜ਼ਿਕਰ ਕੀਤਾ ਕਿ ਭਾਈ ਬਾਲਾ ਜੀ ਨੂੰ ਅੱਜ ਇਹਨਾਂ ਸਮਾਗਮਾਂ ਵਿੱਚੋਂ ਬਿਲਕੁਲ ਮਨਫੀ ਕੀਤਾ ਜਾ ਰਿਹਾ, ਭਾਵ ਉਹਨਾਂ ਦਾ ਕੋਈ ਨਾਮ ਹੀ ਨਹੀਂ ਲੈ ਰਿਹਾ, ਉਹਨਾਂ ਬਾਰੇ ਕੋਈ ਜ਼ਿਕਰ ਹੀ ਨਹੀਂ ਕਰਨਾ ਪਾ ਰਿਹਾ, ਉਹਨਾਂ ਦੀ ਕੋਈ ਯਾਦ ਮਨਾਉਣ ਬਾਰੇ ਨਾ ਕੋਈ ਕੀਰਤਨ ਦਰਬਾਰ, ਨਾ ਕੋਈ ਉਹਨਾਂ ਦੀ ਯਾਦ ਨੂੰ ਸਮਰਪਿਤ ਕੋਈ ਬਿਲਡਿੰਗਾਂ, ਕੋਈ ਸਮਾਗਮ, ਬਿਲਕੁਲ ਹੀ ਨਹੀਂ। ਇੰਨੀ ਅਵੇਸਲਾਪੁਣਾ ਅਤੇ ਇੰਨੀ ਅਣਗਹਿਲੀ ਦਿਖਾਈ ਜਾ ਰਹੀ ਹੈ, ਨਾਲ ਖੋਟੀ ਨੀਅਤ ਵੀ ਹੈ ਕਿ ਭਾਈ ਬਾਲੇ ਨੂੰ ਮਨਫੀ ਕਰ ਦਿਓ, ਭਾਈ ਬਾਲਾ ਨਾਮ ਦਾ ਸਿੱਖੀ ਨਹੀਂ ਹੋਇਆ। ਜਦੋਂ ਭਾਈ ਬਾਲੇ ਨੂੰ ਵਿੱਚੋਂ ਪਾਸੇ ਕੱਢ ਦਿਓਗੇ ਤਾਂ ਫਿਰ ਇਹ ਵੀ ਗੱਲ ਕਹਿ ਦਿਆਂਗੇ, ਗੁਰੂ ਨਾਨਕ ਸਾਹਿਬ ਦੇ ਨਾਮ ਦਾ ਜੇ ਬਾਲਾ ਸਿੱਖ ਨਹੀਂ ਹੋਇਆ ਤਾਂ ਉਹਨਾਂ ਦੀ ਜਨਮ ਕਥਾ ਵੀ ਨਹੀਂ ਕਿਸੇ ਨੇ ਲਿਖਾਈ, ਉਹਨਾਂ ਦਾ ਇਤਿਹਾਸ ਵੀ ਨਹੀਂ ਕਿਸੇ ਨੇ ਲਿਖਾਇਆ। ਭਾਵ ਭਾਈ ਬਾਲਾ ਜੀ ਦਾ ਨਾਮ ਪਾਸੇ ਕਰਨ ਨਾਲ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਵੀ ਆਪਣੇ ਆਪ ਹੀ ਪਾਸੇ ਹੋ ਜਾਏਗਾ ਕਿ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦਾ ਮੂਲ ਸਰੋਤ ਜਿਹੜਾ ਭਾਈ ਬਾਲਾ ਨਾ,
ਜਦੋਂ ਉਸੇ ਨੂੰ ਪਾਸੇ ਕਰ ਦਿੱਤਾ ਫਿਰ ਇਤਿਹਾਸ ਪਿੱਛੇ ਕੀ ਰਹਿ ਗਿਆ, ਕੌਣ ਦੱਸੇਗਾ ਕਿ ਪਹਿਲਾ ਇਤਿਹਾਸ ਕਿਹਨੇ ਸੁਣਾਇਆ ਸੀ। ਇਹ ਬੜੀ ਖੋਟੀ ਚਾਲ ਹੈ, ਨੀਅਤ ਹੈ ਇਹਨਾਂ ਲੋਕਾਂ ਦੀ, ਪਰ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਸੋ ਭਾਈ ਬਾਲਾ ਜੀ ਧੰਨ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਜ਼ਬਾਨੀ ਸਾਰਾ ਇਤਿਹਾਸ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਸਤਿਗੁਰਾਂ ਦੇ ਚਰਨਾਂ ਵਿੱਚ ਦੀਵਾਨ ਵਿੱਚ ਬੈਠ ਕੇ ਸਰਵਣ ਕਰਵਾਇਆ। ਇਸ ਲਈ ਸੰਗਤ ਜੀ, ਇਹ ਦੋ ਸਿੱਖ ਸਤਿਗੁਰੂ ਦੇ ਚਰਨਾਂ ਵਿੱਚ ਅਖੀਰ ਤੱਕ ਸਤਿਗੁਰਾਂ ਦੀ ਸੇਵਾ ਕਰਦੇ ਰਹੇ, ਔਰ ਇਹਨਾਂ ਨੇ ਕੀਰਤਨ ਦੀ ਸੇਵਾ ਆਪਣੇ ਜੀਵਨ ਵਿੱਚ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਨਾਲ ਨਿਭਾਈ। ਫਿਰ ਦੇਖੋ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਫਿਰ ਅੱਗੇ ਤੋਂ ਅੱਗੇ ਗੁਰੂ ਘਰ ਵਿੱਚ ਇਹ ਕੀਰਤਨ ਦੀ ਪਰੰਪਰਾ ਸ਼ੁਰੂ ਹੋਈ। ਕੀਰਤਨ ਨਿਰਮੋਲ ਕਹੀਰਾ ਆਨੰਦ ਗੁਣੀ ਗਹੀਰਾ, ਐਸਾ ਅਮੋਲਕ ਕੀਰਤਨ ਜਿਸ ਦੀ ਦਾਤ ਸਾਨੂੰ ਸਤਿਗੁਰੂ ਗਰੀਬ ਨਿਵਾਸ ਜੀ ਨੇ ਬਖਸ਼ਿਸ਼ ਕੀਤੀ ਹੈ। ਕੀਰਤਨ ਭਗਤੀ ਕਲਯੁੱਗ ਦੇ ਵਿੱਚ ਸਭ ਤੋਂ ਵੱਡੀ ਭਗਤੀ ਮੰਨੀ ਹੈ। ਸੋ ਨੌ ਤਰ੍ਹਾਂ ਦੀ ਭਗਤੀ ਹੈ, ਸਭ ਤੋਂ ਸ਼੍ਰੋਮਣੀ ਸਾਧ ਸੰਗਤ ਜੀ ਕੀਰਤਨ ਭਗਤੀ ਹੈ। ਤੁਸੀਂ ਅੱਗੇ ਵੇਖੋਗੇ ਕਿ ਕਿੰਨੀ ਕੀਰਤਨ ਭਗਤੀ ਦੀ ਮਹਿਮਾ ਧੰਨ ਗੁਰੂ ਅਰਜਨ ਦੇਵ ਜੀ ਆਪਣੇ ਮੁਖਾਰ ਬਿੰਦ ਤੋਂ ਆਪ ਉਚਾਰਨ ਕਰ ਰਹੇ ਹਨ। ਇੱਥੇ ਵੀ ਹਜ਼ੂਰ ਕਹਿ ਰਹੇ ਹੈ ਕਿ ਭਾਈ ਕੀਰਤਨ ਦੇ ਮਨਿੰਦ, ਕਲਯੁੱਗ ਮੈਂ ਕੀਰਤਨ ਮਾਨਿੰਦ, ਕਲਯੁੱਗ ਦੇ ਵਿੱਚ ਕੀਰਤਨ ਦੇ ਤੁੱਲ, ਕੀਰਤਨ ਦੇ ਬਰਾਬਰ ਨਹੀਂ ਅਪਰ ਕੋਈ ਬਲੰਦ, ਇਸ ਤੋਂ ਵੱਡਾ ਹੋਰ ਕੋਈ ਸਾਧਨ ਨਹੀਂ ਮੁਕਤੀ ਨੂੰ ਪ੍ਰਾਪਤ ਕਰਨ ਦਾ, ਪਰਮੇਸ਼ੁਰ ਨਾਲ ਜੁੜਨ ਦਾ, ਵਾਹਿਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਦਾ। ਇਹ ਸਭ ਤੋਂ ਵੱਡਾ ਬੁਲੰਦ ਦਾ ਅਰਥ ਹੁੰਦਾ ਵੱਡਾ, ਸਭ ਤੋਂ ਸ਼੍ਰੋਮਣੀ ਸਾਧਨ ਕੀਰਤਨ ਹੈ। ਕੀਰਤਨ ਕਰੋ ਗੁਰਸਿੱਖ ਦਾ ਮਨ ਟਿਕ ਜਾਂਦਾ, ਜੁੜ ਜਾਂਦਾ ਗੁਰੂ ਦੇ ਚਰਨਾਂ ਵਿੱਚ, ਹਿਰਦੇ ਵਿੱਚ ਪ੍ਰੇਮ ਦੀ ਲਹਿਰ ਪੈਦਾ ਹੋ ਜਾਂਦੀ ਹੈ, ਮਨ ਇਕਾਗਰ ਹੋ ਜਾਂਦਾ ਹੈ। ਕਠਨ ਮਹਾ ਤਪ ਜੇ ਕੋ ਕਰੈ, ਮਹਾਰਾ ਕਹਿੰਦੇ ਕਠਨ ਦਾ ਅਰਥ ਹੁੰਦਾ ਔਖਾ, ਔਖੇ ਤੋਂ ਔਖੇ ਕੋਈ ਬੰਦਾ ਤਪ ਵੀ ਕਰੇ, ਪੁੱਠਾ ਵੀ ਲਮਕ ਕੇ ਸਾਧ ਸੰਗਤ ਜੀ ਬੰਦਾ ਤਪ ਕਰੇ, ਇਸੇ ਤਰ੍ਹਾਂ ਧੂਣੀਆਂ ਤਪਾਵੇ, ਜਲ ਧਾਰੇ ਕਰੇ, ਇੱਕ ਪੈਰ ਦੇ ਭਾਰ ਖੜ ਕੇ ਬਾਰਾਂ ਬਾਰਾਂ ਸਾਲ ਗੂਠੇ ਦੇ ਭਾਰ ਖੜੋ ਕੇ ਤਪ ਕਰੇ, ਇੰਨੇ ਕਠਿਨ ਔਖੇ ਤੋਂ ਔਖੇ ਜੇ ਕੋਈ ਤਪ ਕਰਦਾ ਵੀ ਹੈ। ਕੀਰਤਨ ਸਮਤਾ ਕਿਉਂ ਨਾ ਧਰੈ, ਆਖੋ ਭਾਈ ਵਾਹਿਗੁਰੂ ਕੀਰਤਨ ਦੀ ਬਰਾਬਰਤਾ ਹੋਰ ਕੋਈ ਸਾਧਨ ਨਹੀਂ ਕਰ ਸਕਦਾ ਕਲਯੁੱਗ ਦੇ ਵਿੱਚ। ਕਲਯੁੱਗ ਵਿੱਚ ਸਭ ਤੋਂ ਸ਼੍ਰੋਮਣੀ ਕੀਰਤਨ ਹੈ, ਤਾਂ ਹੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਸੱਠਖੰਡ ਸ੍ਰੀ ਹਰਿਮੰਦਰ ਸਾਹਿਬ ਇਹ ਮਰਿਆਦਾ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪੱਕੀ ਸਥਾਪਿਤ ਕਰਤੀ ਕਿ ਅੱਠੇ ਪਹਿਰ ਹਰਿਮੰਦਰ ਸਾਹਿਬ ਕੀਰਤਨ ਹੋਇਆ ਕਰੇਗਾ। ਹੁਣ ਹਰਿਮੰਦਰ ਸਾਹਿਬ ਅੱਠੇ ਪਹਿਰ ਹੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਕੀਰਤਨ ਦਾ ਪ੍ਰਵਾਹ ਚੱਲਦਾ ਹੈ। ਅਪਰ ਸੋ ਕਰਮ ਕਰਨ ਜੇ ਸਾਰੇ, ਅਪਰ ਹੋਰ ਜਿੰਨੇ ਵੀ ਕਰਮ ਹੈ ਨਾ, ਚੰਗੇ ਕਰਮ, ਸ੍ਰੇਸ਼ਟ ਕਰਮ ਜਿਹੜੇ ਕਰਨ ਵਾਲੇ ਹੁੰਦੇ ਆ, ਭਲੇ ਹੋਏ ਜੇ ਧਨ ਤਨ ਬਲ ਤਹ ਭਾਰੇ, ਬੰਦੇ ਕੋਲੋਂ ਦਾਨ ਤਾਂ ਹੋਏਗਾ ਜੇ ਧਨ ਹੈ ਕੋਲੇ, ਸੇਵਾ ਤਾਂ ਹੋਏਗੀ ਜੇ ਸਰੀਰ ਵਿੱਚ ਤਾਕਤ ਹੈ। ਮਾੜਾ ਬੰਦਾ ਸੇਵਾ ਥੋੜ੍ਹਾ ਕਰ ਸਕਦਾ, ਜਿਹਦੇ ਸਰੀਰ ਵਿੱਚ ਸਮਰੱਥਾ ਉਹੀ ਸੇਵਾ ਕਰੇਗਾ, ਟੋਕਰੀ ਢੋਏਗਾ, ਸੇਵਾ ਸਾਰੀਆਂ ਕਰੇਗਾ, ਝਾੜੂ ਦਏਗਾ, ਲੰਗਰ ਬਣਾਏਗਾ,
ਕਹਿੰਦੇ ਹੋਰ ਜਿੰਨੇ ਵੀ ਸਾਧਨ ਹੈ, ਜਾਂ ਤਾਂ ਧਨ ਹੋਵੇ ਜਾਂ ਸਰੀਰ ਵਿੱਚ ਬਲ ਸਮਰੱਥਾ ਤਾਕਤ ਹੋਵੇ ਤਾਂ ਚੰਗੇ ਹੋਰ ਕਰਮ ਕਰ ਸਕਦਾ ਹੈ। ਕੀਰਤਨ ਕੇ ਸਮਾਨ ਨਹਿ ਕੋਈ, ਪਰ ਕੀਰਤਨ ਕਰਨ ਵਾਸਤੇ ਨਾ ਧਨ ਦੀ ਲੋੜ ਹੈ ਨਾ ਸਰੀਰ ਦੇ ਬਲ ਦੀ ਲੋੜ ਹੈ। ਸਰੀਰ ਕਮਜ਼ੋਰ ਵੀ ਹੋਵੇ ਕੀਰਤਨ ਕਰਨਾ ਆਉਂਦਾ ਤਾਂ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰਮੁਖ ਰਾਗੀ ਸਿੰਘ ਮਹਾਂਪੁਰਖ ਕੀਰਤਨ ਦੀਆਂ ਝੜੀਆਂ ਲਾ ਦਿੰਦੇ ਹੈ। ਇਸ ਕਰਕੇ ਕੀਰਤਨ ਕਰਨ ਵੇਲੇ ਧਨ ਦੀ ਵੀ ਲੋੜ ਨਹੀਂ ਕਿ ਧਨ ਹੋਏਗਾ ਤਾਂ ਹੀ ਕੀਰਤਨ ਹੋਣਾ। ਕੀਰਤਨ ਤਾਂ ਬਿਨਾਂ ਧਨ ਤੋਂ ਬਿਨਾਂ ਸਰੀਰਕ ਬਲ ਤੋਂ ਵੀ ਹੋ ਜਾਂਦਾ, ਭਾਵ ਇੰਨਾ ਸੌਖਾ ਸਾਧਨ ਹੈ। ਸਭ ਤੇ ਅਧਿਕ ਇਹੀ ਇੱਕ ਹੋਈ, ਸਾਰਿਆਂ ਨਾਲੋਂ ਅਧਿਕ ਤੋਂ ਅਧਿਕ ਵੱਡੇ ਤੋਂ ਵੱਡਾ ਇੱਕ ਸਾਧਨ ਕਲਯੁਗ ਦੇ ਵਿੱਚ ਸੰਸਾਰ ਭੌਜਲ ਤੋਂ ਤਰਨ ਦਾ ਸੁਖੈਨ ਇਹ ਸਾਧਨ ਕੀਰਤਨ ਕਰਨਾ ਹੈ। ਜਾਂ ਤੇ ਤੁਮ ਕੀਰਤਨ ਨਿਤ ਕਰੋ, ਇਸ ਕਰਕੇ ਗੁਰਸਿੱਖੋ ਤੁਸੀਂ ਨਿਤਾ ਪ੍ਰਤੀ ਕੀਰਤਨ ਕਰਿਆ ਕਰੋ। ਅਪਰ ਸੁਣਾਏ ਤਾਰ ਗਨ ਤਰੋ, ਆਪ ਦੂਜੀਆਂ ਸੰਗਤਾਂ ਨੂੰ ਵੀ ਕੀਰਤਨ ਸੁਣਾਇਆ ਕਰੋ, ਕੀਰਤਨ ਸੁਣਾਇਆ ਕਰੋ ਤੇ ਆਪ ਵੀ ਤਰੋ ਤੇ ਦੂਜਿਆਂ ਨੂੰ ਵੀ ਤਾਰੋ। ਰਾਗੀ ਭਾਈ ਸਾਧੂ ਸਿੰਘ ਜੀ ਸੂਰਮੇ ਹੋਏ ਜਿਨ੍ਹਾਂ ਨੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਜਥੇ ਵਿੱਚ ਰਹੇ, ਉਹਨਾਂ ਦੇ ਨਾਲ ਭਾਈ ਜਗੀਰ ਸਿੰਘ ਡੋੜੀ ਵਜਾਉਂਦੇ ਸਨ, ਭਾਈ ਸਾਧੂ ਸਿੰਘ ਕੀਰਤਨ ਕਰਦੇ ਅੱਖਾਂ ਤੋਂ ਸੂਰਮੇ ਸਨ। ਕਿਤੇ ਕੈਸਟਾਂ ਵਿੱਚ ਅੱਜ ਕੀਰਤਨ ਸੁਣੋ ਨਾ ਤੁਸੀਂ, ਇੰਨਾ ਰਸ ਉਹਨਾਂ ਦੀ ਰਸਨਾ ਵਿੱਚ, ਕੀਰਤਨ ਸੁਣ ਕੇ ਆਨੰਦ ਆ ਜਾਂਦਾ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਉਹਨਾਂ ਨੇ ਬਹੁਤ ਲੰਮਾ ਸਮਾਂ ਮਹਾਂਪੁਰਖਾਂ ਕੋਲੋਂ ਜਥੇ ਵਿੱਚੋਂ ਜਾ ਕੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਕੀਰਤਨ ਦੀ ਸੇਵਾ ਕੀਤੀ। ਫਿਰ ਉਹ ਅਮੈਰੀਕਾ ਚਲੇ ਗਏ, ਟੈਰਾ ਬਿਊਨਾ ਗੁਰਦੁਆਰਾ ਸਾਹਿਬ ਜੂਬਾ ਸਿਟੀ ਦੇ ਵਿੱਚ ਉਹ ਰਿਹਾ ਕਰਦੇ। ਦਾਸ ਨੇ ਉਹਨਾਂ ਦੇ ਦਰਸ਼ਨ ਕੀਤੇ ਔਰ ਉਹਨਾਂ ਨੇ ਬਚਨ ਕਰਦਿਆਂ ਇਹ ਬਚਨ ਸੁਣਾਇਆ, ਕਹਿੰਦੇ ਸਾਨੂੰ ਵੱਡੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਆਗਿਆ ਕੀਤੀ ਕਿ ਸਾਧੂ ਸਿੰਘ ਤੁਸੀਂ ਦੋਨੋਂ ਵਕਤ ਬਿਨਾਂ ਨਾਗਾ ਸਤਿਗੁਰੂ ਦੀ ਹਜ਼ੂਰੀ ਵਿੱਚ ਕੀਰਤਨ ਕਰਨਾ, ਆਸਾ ਜੀ ਦੀ ਵਾਰ ਦਾ, ਸ਼ਾਮ ਨੂੰ ਸੋਦਰ ਦੀ ਚੌਂਕੀ ਦਾ, ਦੋਨੋਂ ਵਕਤ ਕੀਰਤਨ ਕਰਨਾ। ਕਹਿੰਦੇ ਅਸੀਂ ਬੇਨਤੀ ਕੀਤੀ ਸਤ ਬਚਨ ਜੀ। ਕਹਿੰਦੇ ਫਿਰ ਮਹਾਂਪੁਰਖ ਅੱਗੋਂ ਕਹਿਣ ਲੱਗੇ, ਭਾਈ ਸੰਗਤ ਭਾਵੇਂ ਇੱਕ ਵੀ ਸਰੀਰ ਨਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਆਈ ਹੋਵੇ, ਕੀਰਤਨ ਫਿਰ ਵੀ ਕਰਨਾ ਤੁਸੀਂ। ਕਹਿਣ ਲੱਗੇ, ਗੁਰੂ ਕਾ ਸਿੱਖ ਸਤਿਗੁਰੂ ਦਾ ਹੁਕਮ ਮੰਨ ਕੇ ਇਹ ਨੇਮ ਨਿਭਾਵੇ, ਸੰਗਤ ਆਵੇ ਨਾ ਆਵੇ ਤੁਸੀਂ ਕੀਰਤਨ ਕਰਨਾ ਹੀ ਕਰਨਾ। ਤੁਸੀਂ ਜਦੋਂ ਕੀਰਤਨ ਕਰੋਗੇ ਗੁਰੂ ਮਹਾਰਾਜ ਤੁਹਾਡੇ ਤੋਂ ਆਪ ਕੀਰਤਨ ਸੁਣਨਗੇ। ਕਹਿਣ ਲੱਗੇ ਸਾਡਾ ਇਹ ਨਿਯਮ ਹੈ, ਉਸ ਦਿਨ ਤੋਂ ਬਾਅਦ ਸੰਗਤ ਹੋਵੇ ਨਾ ਹੋਵੇ ਕੀਰਤਨ ਕਰੀਦਾ ਹੀ ਕਰੀਦਾ। ਔਰ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ, ਸੱਚਾ ਬਚਨ ਹੈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਭਾਈ ਸਾਧੂ ਸਿੰਘ ਜੀ ਅੱਖਾਂ ਤੋਂ ਸੂਰਮੇ ਸਨ, ਨਹੀਂ ਦਿਖਾਈ ਦਿੰਦਾ ਸੀ। ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਜਵਾਨੀ ਯਾਦ ਕੀਤਾ ਸਾਰਾ,
ਮੈਂ ਆਪ ਦਰਸ਼ਨ ਕੀਤੇ ਹੈ। ਇੱਕ ਵਾਰੀ ਸਿੰਘਾਂ ਨੇ ਪਰਖਣ ਵਾਸਤੇ ਕਿਹਾ ਜੀ ਇੱਥੋਂ ਇੰਨੇ ਅੰਗ ਬਾਣੀ ਦੇ ਸੁਣਾਓ, ਉਦੋਂ ਚੌਂਕੜਾ ਮਾਰ ਕੇ ਜਵਾਨੀ ਸੁਣਾਉਣ ਲੱਗ ਗਏ। ਵੱਖ ਵੱਖ ਥਾਵਾਂ ਤੋਂ ਸਿੰਘਾਂ ਨੇ ਕਿਹਾ ਸਾਰੀ ਬਾਣੀ ਸੁਣਾਈ, ਕਹਿੰਦੇ ਬਸ ਇੱਕੋ ਹੀ ਫੁਰਨਾ ਅਰਦਾਸ ਕੀਤੀ ਸੀ ਮਹਾਰਾਜ ਦੇ ਚਰਨਾਂ 'ਚ ਕਿ ਸੱਚੇ ਪਾਤਸ਼ਾਹ ਸਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਕੰਠ ਜਵਾਨੀ ਯਾਦ ਹੋ ਜਾਏ। ਤਾਂ ਕਹਿੰਦੇ ਸਾਰਾ ਹੀ ਸਤਿਗੁਰੂ ਜੀ ਨੇ ਕਿਰਪਾ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੰਠ ਜਵਾਨੀ ਯਾਦ ਕਰਾ ਦਿੱਤਾ। ਔਰ ਕਹਿੰਦੇ ਚਾਰ ਕੁ ਦਿਨਾਂ ਵਿੱਚ ਅਸੀਂ ਸਹਿਜ ਪਾਠ ਜਵਾਨੀ ਕਰਕੇ ਭੋਗ ਪਾ ਦਈਦਾ। ਕਦੇ ਪੰਜ ਦਿਨ ਲੱਗ ਜਾਂਦੇ, ਕਦੇ ਹਫ਼ਤਾ ਵੀ, ਦਸ ਦਿਨ ਵੀ ਲੱਗ ਜਾਂਦੇ ਹੈ। ਆਰੰਭ ਮਹਾਰਾਜ ਦੀ ਹਜ਼ੂਰੀ 'ਚ ਦੇਖ ਕਰਕੇ ਕਰਕੇ ਭੋਗ ਮਹਾਰਾਜ ਦੀ ਹਜ਼ੂਰੀ 'ਚ ਪਾਈਦਾ। ਔਰ ਸਾਧ ਸੰਗਤ ਜੀ ਕਹਿੰਦੇ ਹੁਣ ਸਾਨੂੰ ਸਤਿਪੁਰਸ਼ਾਂ ਦੇ ਬਚਨ 'ਤੇ ਭਰੋਸਾ ਆਇਆ ਕਿ ਤੁਸੀਂ ਕੀਰਤਨ ਕਰੋਗੇ, ਗੁਰੂ ਮਹਾਰਾਜ ਆਪ ਸੁਣਨਗੇ। ਕਹਿੰਦੇ ਜੇ ਗੁਰੂ ਸਾਹਿਬ ਕੀਰਤਨ ਸੁਣਦੇ ਆ ਤਾਂ ਹੀ ਗੁਰੂ ਕੀ ਬਾਣੀ ਸਾਡੇ ਜਵਾਨੀ ਯਾਦ ਕਰਾਈ ਸੱਚੇ ਪਾਤਸ਼ਾਹ ਨੇ। ਇਹ ਗੁਰਮੁਖਾਂ ਦਾ ਭਰੋਸਾ ਵਿਸ਼ਵਾਸ। ਜਦੋਂ ਆਪਾਂ 2006 ਵਿੱਚ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਵਿਸ਼ਵ ਸਿੱਖ ਸੰਮੇਲਨ ਕੀਤਾ ਸੀ, ਉਦੋਂ ਉਹਨਾਂ ਗੁਰਮੁਖਾਂ ਦੇ ਨਾਮ 'ਤੇ ਉਹਨਾਂ ਨੂੰ ਸਨਮਾਨ ਦਿੱਤਾ ਸੀ ਕਿ ਸਿੱਖਾਂ ਵਿੱਚੋਂ ਇੱਕ ਐਸੇ ਸਿੱਖ ਜਿਨ੍ਹਾਂ ਦੇ ਨੇਤਰਾਂ ਦੀ ਨਿਗਾਹ ਪ੍ਰਤੱਖ ਨਾ ਹੋਣ ਦੇ ਬਾਵਜੂਦ ਉਹਨਾਂ ਨੇ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਵਾਨੀ ਯਾਦ ਕੀਤਾ। ਬੜੀ ਵੱਡੀ ਕਮਾਈ ਹੈ, ਬੜੀ ਵੱਡੀ ਘਾਲਣਾ। ਔਰ ਇੱਕ ਇੱਕ ਲੱਗ ਮਾਤਰ ਕੰਨਾ ਇੰਨਾ ਸ਼ੁੱਧ ਉਹਨਾਂ ਦਾ ਸੀ, ਜਿਵੇਂ ਟਕਸਾਲ ਵਿੱਚ ਸਿੰਘ ਗੁਰਬਾਣੀ ਦੀ ਸ਼ੁੱਧ ਸੰਥਿਆ ਲੈਂਦੇ ਹੈ, ਸ਼ੁੱਧ ਸੰਥਿਆ ਸ਼ੁੱਧ ਪਾਠ ਸੁਣਾਉਂਦੇ ਹੈ, ਕੋਈ ਵੀ ਲੱਗ ਮਾਤਰ ਕੰਨੇ ਤੱਕ ਫਰਕ ਨਹੀਂ ਪੈਣ ਦਿੰਦੇ ਸਨ ਜਦੋਂ ਬਾਣੀ ਪੜ੍ਹਦੇ ਸਨ। ਬਹੁਤ ਹੀ ਨਿਰਮਲ ਜੀਵਨ, ਬਹੁਤ ਹੀ ਕਰਨੀ ਵਾਲਾ ਜੀਵਨ ਉਹਨਾਂ ਗੁਰਮੁਖਾਂ ਦਾ ਹੋਇਆ। ਉਹਨਾਂ ਨੇ ਕੀਰਤਨ ਭਗਤੀ ਵਿੱਚੋਂ ਇਹ ਸਾਰੀਆਂ ਬਰਕਤਾਂ ਗੁਰਸੰਗਤ ਜੀ ਪ੍ਰਾਪਤ ਕੀਤੀਆਂ। ਸੋ ਮਹਾਰਾਜ ਕਹਿੰਦੇ ਕਲਯੁੱਗ ਦੇ ਵਿੱਚ ਜਿਹੜਾ ਗੁਰਮੁਖ ਆਪ ਕੀਰਤਨ ਕਰਦਾ ਉਹ ਦੂਜਿਆਂ ਨੂੰ ਵੀ ਕੀਰਤਨ ਸੁਣਾਵੇ, ਅਤੇ ਕੀਰਤਨ ਕਰਨ ਵਾਲਾ ਆਪ ਵੀ ਤਰਦਾ ਤੇ ਦੂਜੇ ਵੀ ਤਰ ਜਾਂਦੇ ਐ। ਸੁਰ ਤਿੰਨੋ ਗੁਰ ਬੂਝੇ ਫੇਰੀ, ਫੇਰ ਤਿੰਨਾਂ ਨੇ ਸਤਿਗੁਰੂ ਜੀ ਨੂੰ ਦੁਬਾਰਾ ਮੁੜ ਕੇ ਪੁੱਛਿਆ, ਮਹਿਮਾ ਕੀਰਤਨ ਕਹੀ ਬਡੇਰੀ। ਮਹਾਰਾਜ ਕੀਰਤਨ ਦੀ ਮਹਿਮਾ ਤਾਂ ਬਹੁਤ ਕਹੀ ਹੈ ਤੁਸੀਂ ਕਿ ਕੀਰਤਨ ਦਾ ਬਹੁਤ ਵੱਡਾ ਫਲ ਅਤੇ ਮਹਾਤਮ ਹੈ। ਪਾਠ ਕਰਨ ਅਰ ਕਥਾ ਕਰਨ, ਮਹਾਰਾਜ ਜਿਹੜੀ ਗੁਰਬਾਣੀ ਦਾ ਪਾਠ ਕਰਨਾ ਔਰ ਕਥਾ ਕਰਨੀ ਹੈ। ਫਲ ਵਰਨ ਹੋ ਇਨ ਕੈ ਭਿੰਨ ਭਿੰਨ, ਇਹਨਾਂ ਦੇ ਵੀ ਵੱਖੋ ਵੱਖਰੇ ਫਲ ਦੱਸੋ ਨਾ। ਬਾਣੀ ਤੋਂ ਬਿਨਾਂ ਤਾਂ ਗੁਜ਼ਾਰਾ ਨਹੀਂ। ਗੁਰਸਿੱਖ ਪਾਠ ਕਰਦੇ ਹੈ, ਨੇਮ ਨਾਲ ਬਾਣੀ ਪੜ੍ਹਦੇ ਹੈ। ਬਾਣੀ ਪੜ੍ਹਨ ਦਾ ਕੀ ਫਲ ਹੈ, ਕਥਾ ਕਰਨ ਦਾ ਕੀ ਫਲ ਹੈ, ਇਹ ਵੀ ਕਿਰਪਾ ਕਰਕੇ ਵੱਖੋ ਵੱਖਰਾ ਦੱਸਣਾ ਕਰੋ। ਸ਼੍ਰੀ ਮੁਖ ਤੇ ਪੁੰਨ ਲੱਗੇ ਸੁਣਾਵਨ, ਤਾਂ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸੁਭਾਏ ਮਾਨ ਮੁਖਾਰ ਬਿੰਦ ਤੋਂ ਬਾਣੀ ਦਾ ਕੀ ਫਲ ਹੈ, ਕਥਾ ਦਾ ਕੀ ਫਲ ਹੈ, ਆਪ ਜੀ ਗੁਰਸਿੱਖਾਂ ਨੂੰ ਦੱਸਣ ਲੱਗੇ, ਸੁਣਾਉਣ ਲੱਗੇ। ਬਾਣੀ ਪਾਠ ਕਰ ਜੇ ਪਾਵਨ, ਕਹਿੰਦੇ ਭਾਈ ਜਿਹੜਾ ਬਾਣੀ ਦਾ ਪਾਠ ਕਰਦਾ ਨਾ, ਬਾਣੀ ਦਾ ਪਾਠ ਕਰਨ ਵਾਲੇ ਨੂੰ ਬਾਣੀ ਪਵਿੱਤਰ ਕਰ ਦਿੰਦੀ ਹੈ। ਪਾਪੀ ਤੋਂ ਪਾਪੀ ਬੰਦਾ ਵੀ ਬਾਣੀ ਪੜ੍ਹਨ ਵਾਲਾ ਪਵਿੱਤਰ ਤੋਂ ਪਵਿੱਤਰ ਹੋ ਜਾਂਦਾ ਹੈ। ਪਾਪੀ ਨੂੰ ਵੀ ਪਾਵਨ ਕਰ ਦਿੰਦੀ ਹੈ, ਪਾਪੀ ਦੀ ਵੀ ਪਾਪਾਂ ਦੀ ਮੈਲ ਧੋ ਦਿੰਦੀ ਹੈ।
ਗੁਰਬਾਣੀ ਵਿੱਚ ਇੰਨੀ ਸ਼ਕਤੀ ਹੈ। ਜਥਾ ਕੂਪ ਕੀ ਖੇਤੀ ਹੋਏ, ਜਿਵੇਂ ਜ਼ਿਮੀਦਾਰ ਨੇ ਆਪਣਾ ਖੂਹ ਲਾਇਆ ਹੋਵੇ, ਉਸ ਨੂੰ ਸਮੇਂ ਸਿਰ ਖੇਤੀ ਬੀਜਣ ਲਈ ਕਿਸੇ ਮੀਂਹ ਦੀ ਉਡੀਕ ਕਰਨ ਦੀ ਲੋੜ ਨਹੀਂ, ਕਿਤੋਂ ਪਾਣੀ ਲਿਆਉਣ ਦੀ ਲੋੜ ਨਹੀਂ। ਅੱਜ ਕੱਲ੍ਹ ਮੋਟਰਾਂ ਬੰਬੀਆਂ ਲੱਗੀਆਂ ਹੋਈਆਂ, ਸੋਚੀ ਦੱਬੋ ਖੇਤ ਵਿੱਚ ਪਾਣੀ ਭਰ ਕੇ ਫਸਲ ਨੂੰ ਚੰਗੀ ਤਰ੍ਹਾਂ ਸਾਧ ਸੰਗਤ ਜੀ ਪਾਣੀ ਨਾਲ ਐਨ ਸਿੰਝ ਦਿਓ, ਵੱਤਰ ਆਉਣ ਤੋਂ ਵਾਹ ਕੇ ਜਦੋਂ ਮਰਜ਼ੀ ਦਾਣਾ ਬੀਜ ਦਿਓ, ਫਸਲ ਬੀਜ ਦਿਓ, ਸਮੇਂ ਅਨੁਸਾਰ ਪਾਣੀ ਦੇ ਦਿਓ, ਇਉਂ ਫਿਰ ਖੇਤੀ ਪੱਕ ਜਾਂਦੀ ਹੈ। ਇਸ ਤਰ੍ਹਾਂ ਜਥਾ ਕੂਪ ਕੀ ਖੇਤੀ ਹੋਏ, ਜਿਵੇਂ ਬੰਦੇ ਦਾ ਆਪਣਾ ਖੂਹ, ਪੁਰਾਣੇ ਸਮਿਆਂ ਵਿੱਚ ਖੂਹ ਲਾਏ ਹੁੰਦੇ ਸਨ, ਆਪਣਾ ਖੂਹ ਲਾਇਆ ਹੋਵੇ ਅਤੇ ਆਪਣਾ ਖੂਹ ਲਾਉਣ ਲਈ ਉਸ ਨੂੰ ਵਰਖਾ ਦੇ ਪਾਣੀ ਦੀ, ਕਿਸੇ ਨਦੀ ਦਰਿਆ ਵਿੱਚੋਂ ਪਾਣੀ ਲਿਆਉਣ ਦੀ, ਖੇਤੀ ਨੂੰ ਪਾਣੀ ਦੇਣ ਦੀ ਉਡੀਕ ਕਰਨ ਦੀ ਲੋੜ ਨਹੀਂ। ਉਹਦੇ ਕੋਲ ਸਾਰਾ ਸਾਧਨ ਹੈ, ਉਹਦੇ ਕੋਲ ਖੂਹ ਵੀ ਹੈ, ਪਾਣੀ ਵੀ ਹੈ, ਉਹ ਜਦੋਂ ਮਰਜ਼ੀ ਆਪਣੀ ਖੇਤੀ ਤਿਆਰ ਕਰਕੇ ਆਪਣੇ ਘਰ ਵਿੱਚ ਦਾਣੇ ਲਿਆ ਸਕਦਾ ਜਾਂ ਕੋਈ ਵੀ ਫਸਲ ਲਿਆ ਸਕਦਾ। ਜਿਵੇਂ ਆਪਣੇ ਖੂਹ ਦੀ ਕੀਤੀ ਹੋਈ ਖੇਤੀ ਹੁੰਦੀ ਹੈ, ਸਿੰਚਤ ਨੀਰ ਹਰੀ ਕਰ ਸੋਏ, ਪਾਣੀ ਨਾਲ ਸਿੰਜ ਕੇ ਉਹਨੂੰ ਹਰੀ ਕਰਕੇ ਐਨ ਚੰਗੀ ਤਰ੍ਹਾਂ ਤਿਆਰ ਕਰ ਲੈਂਦਾ ਹੈ ਜ਼ਿਮੀਦਾਰ। ਸ਼ੀਗਰ ਪਕਾਏ ਸਦਨ ਮਹਿ ਅੰਨ ਹੈ, ਔਰ ਜਦੋਂ ਉਹਨੂੰ ਐਨ ਚੰਗੀ ਤਰ੍ਹਾਂ ਛੇਤੀ ਪਕਾ ਕੇ ਫਿਰ ਦਾਣਿਆਂ ਨੂੰ ਜਾਂ ਫਸਲ ਨੂੰ ਕੋਈ ਵੀ ਬੀਜੀ ਹੋਈ ਹੁੰਦੀ ਹੈ ਆਪਣੇ ਘਰ ਵਿੱਚ ਲੈ ਆਉਂਦਾ ਹੈ। ਸਭ ਵਿਦ ਕੇ ਸੁੱਖ ਭੋਗਨ ਠਾਨ, ਫਿਰ ਉਸ ਫਸਲ ਤੋਂ ਧਨ ਪਦਾਰਥ ਲੈ ਕੇ ਸਾਰੇ ਸੁੱਖ ਭੋਗਦਾ ਘਰ ਦੇ ਵਿੱਚ, ਉਦਮ ਕਰਿੰਦਿਆਂ ਜੀਉ ਤੂੰ ਕਮਾਵਦਿਆਂ ਸੁੱਖ ਪੁੰਚ, ਅਤੇ ਆਏਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਮਹਾਰਾਜ ਕਹਿੰਦੇ ਗੁਰਸਿੱਖਾ ਉਦਮ ਜ਼ਰੂਰ ਕਰਨਾ, ਸੱਤ ਪੁਰਸ਼ਾਂ ਦਾ ਸਿਆਣਿਆਂ ਦਾ ਬਚਨ ਹੈ, ਉਦਮ ਅੱਗੇ ਲੱਛਮੀ ਪੱਖੇ ਅੱਗੇ ਪਾਉਣ। ਹਵਾ ਨਹੀਂ ਵੀ ਚੱਲਦੀ, ਪੱਖਾ ਝੱਲਣ ਲੱਗ ਜਾਓ ਆਪੇ ਗਰਮੀ ਲੱਗਣੋਂ ਹਟ ਜਾਏਗੀ, ਇਹ ਤੁਹਾਡੇ ਹੱਥ ਵਿੱਚ ਹੈ। ਕਹਿੰਦੇ ਉਦਮ ਵੀ, ਬੰਦਾ ਉਦਮ ਕਰੇ, ਉਦਮ ਕਰਦੇ ਲੱਛਮੀ ਤੁਹਾਡੇ ਕੋਲ ਆਪਣੇ ਆਪ ਹੀ ਆ ਜਾਂਦੀ ਹੈ। ਭਗਵਾਨ ਰਾਮ ਜੀ ਜਦੋਂ ਵਸ਼ਿਸ਼ਠ ਜੀ ਕੋਲੋਂ ਅਧਿਆਤਮ ਵਿੱਦਿਆ ਪੜ੍ਹਦੇ ਸਨ, ਤਾਂ ਉਸ ਵਕਤ ਵਸ਼ਿਸ਼ਠ ਜੀ ਨੇ ਰਾਮ ਜੀ ਨੂੰ ਇੱਕ ਦਿਨ ਇਹ ਸਿੱਖਿਆ ਦਿੱਤੀ ਹੈ, ਰਾਮ ਪੁਰਸ਼ਾਰਥ ਨਾਲੋਂ ਵੱਡਾ ਕੋਈ ਦੈਵ ਨਹੀਂ। ਕਹਿੰਦੇ ਉੱਦਮ ਕਰਨ ਨਾਲੋਂ ਵੱਡਾ ਕੋਈ ਦੇਵਤਾ ਨਹੀਂ। ਬੰਦਾ ਦੈਵ ਦਾ ਅਰਥ ਹੈ ਦੇਵਤਾ, ਬੰਦਾ ਉੱਦਮ ਕਰੇ ਤਾਂ ਵਸ਼ਿਸ਼ਠ ਜੀ ਕਹਿਣ ਲੱਗੇ ਹੇ ਭਗਵਾਨ ਰਾਮ, ਸਭ ਕੁਝ ਬੰਦੇ ਨੂੰ ਮਿਲ ਜਾਂਦਾ, ਆਲਸੀ ਬੰਦੇ ਨੂੰ, ਦਲਿੱਦਰੀ ਬੰਦੇ ਨੂੰ, ਘਰ ਵਿੱਚ ਸਭ ਪਦਾਰਥ ਵੀ ਪਿਆ ਹੋਵੇ ਤਾਂ ਵੀ ਉਹਨੂੰ ਨਹੀਂ ਪ੍ਰਾਪਤ ਹੁੰਦਾ। ਆਲਸੀ ਅਤੇ ਦਲਿੱਦਰੀ ਦੇ ਘਰ ਵਿੱਚੋਂ ਸਾਰੇ ਸੁੱਖ ਖੰਭ ਲਾ ਕੇ ਉੱਡ ਜਾਂਦੇ ਹੈ, ਜਿਵੇਂ ਜ਼ੋਰ ਦੀ ਹਵਾ ਆਉਂਦੀ ਹੈ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ। ਇਸ ਤਰ੍ਹਾਂ ਕਹਿੰਦੇ ਦਲਿੱਦਰੀ ਅਤੇ ਆਲਸੀ ਦੇ ਸਾਰੇ ਸੁੱਖ ਉੱਡ ਜਾਂਦੇ, ਉਹਦੇ ਕੋਲੇ ਨਹੀਂ ਰਹਿੰਦੇ। ਇਸ ਕਰਕੇ ਹੇ ਰਾਮ, ਪੁਰਸ਼ਾਰਥ ਨਾਲੋਂ ਵੱਡਾ ਕੋਈ ਦੈਵ ਨਹੀਂ, ਦੇਵਤਾ ਨਹੀਂ। ਉੱਦਮ ਸਭ ਤੋਂ ਵੱਡਾ ਦੇਵਤਾ ਹੈ ਜਿਹੜਾ ਸਾਰੇ ਸੁੱਖ ਪੈਦਾ ਕਰ ਦਿੰਦਾ। ਮਹਾਰਾਜ ਜੀ ਨੇ ਵੀ ਕਿਹਾ ਉੱਦਮ ਕਰਿੰਦਿਆਂ ਜੀਉ ਤੂੰ, ਹੇ ਜੀਵ ਤੂੰ ਉੱਦਮ ਕਰਿਆ ਕਰ, ਕਮਾਵਦਿਆਂ ਸੁੱਖ ਪੁੰਚ, ਦਸਾਂ ਨਹੁੰ ਦੀ ਕਿਰਤ ਦੀ ਕਮਾਈ ਕਰਿਆ ਕਰ,
ਕਮਾਈ ਕਰੇਗਾ, ਸੁੱਖ ਭੋਗੇਗਾ, ਸੁੱਖ ਮਾਣੇਗਾ। ਧਿਆਏਦਿਆਂ ਤੂੰ ਪ੍ਰਭੂ ਮਿਲ, ਨਾਲ ਨਾਲ ਵਾਹਿਗੁਰੂ ਨੂੰ ਯਾਦ ਰੱਖ, ਉਹਦਾ ਨਾਮ ਜਪ, ਅਤੇ ਪਰਮੇਸ਼ਰ ਨੂੰ ਵੀ ਮਿਲ ਪਵੇਗਾ। ਨਾਨਕ ਉਤਰੀ ਚਿੰਤ ਸਾਰੀਆਂ ਤੇਰੀਆਂ ਚਿੰਤਾ ਦੂਰ ਹੋ ਜਾਣਗੀਆਂ। ਇਸ ਲਈ ਉੱਦਮੀ ਬੰਦਾ ਉੱਦਮ ਕਰਦਾ, ਆਪਣੇ ਖੂਹ ਤੋਂ ਖੇਤੀ ਨੂੰ ਸਿੰਜ ਕੇ ਤਿਆਰ ਕਰਕੇ ਅਨਾਜ ਦਾਣੇ ਫਸਲ ਆਪਣੇ ਘਰ ਵਿੱਚ ਲੈ ਆਉਂਦਾ ਤੇ ਸਾਰੇ ਸੁੱਖ ਮਾਣਦਾ ਹੈ। ਤੈ ਪੀ ਪਹੁੰਚ ਸਕੈ ਜਲ ਸੋਏ, ਔਰ ਕਹਿੰਦੇ ਖੇਤ ਸਮੀਪ ਅਪਰ ਜੇ ਹੋਏ। ਇਸ ਕਰਕੇ ਕਹਿੰਦੇ ਜੇਕਰ ਕਿਸੇ ਨੇ ਖੂਹ ਲਾਇਆ ਤਾਂ ਉਹਦੇ ਨੇੜੇ ਕਿਸੇ ਹੋਰ ਦੇ ਵੀ ਖੇਤ ਹਨ, ਜ਼ਮੀਨ ਹੈ। ਤੈ ਪੀ ਪਹੁੰਚ ਸਕੈ ਜਲ ਸੋਏ, ਉਹ ਜਲ ਖੂਹ ਦਾ ਨਾਲ ਦੇ ਗੁਆਂਢੀਆਂ ਕੋਲੇ ਵੀ ਪਹੁੰਚ ਜਾਂਦਾ। ਮੋਟਰ ਦਾ ਪਾਣੀ ਦੂਜੇ ਨਾਲ ਦੇ ਸਾਥੀਆਂ ਨੂੰ ਵੀ ਬੰਦਾ ਦੇ ਕੇ ਅਗਲੇ ਦੀ ਵੀ ਖੇਤੀ ਨੂੰ ਲਾਭ ਦੇ ਦਿੰਦਾ। ਕਹਿੰਦੇ ਉਹਨਾਂ ਕੋਲੇ ਵੀ ਪਾਣੀ ਪਹੁੰਚ ਜਾਂਦਾ, ਉਹਨਾਂ ਦੀ ਵੀ ਮਦਦ ਹੋ ਜਾਂਦੀ ਹੈ। ਦੂਰ ਖੇਤ ਕੋ ਪਹੁੰਚਤ ਨਾ ਹੈ, ਪਰ ਖੂਹ ਦਾ ਪਾਣੀ ਦੂਰ ਦੇ ਖੇਤਾਂ ਵਿੱਚ ਨਹੀਂ ਅੱਪੜਦਾ, ਨਹੀਂ ਪਹੁੰਚਦਾ। ਤਿਮ ਪਲ ਸੁਣੈ ਸਰਵਨ ਕੇ ਮਾਹੇ। ਇਸੇ ਤਰ੍ਹਾਂ ਕਹਿੰਦੇ ਭਾਈ ਜਿਹੜੀ ਬਾਣੀ ਪੜ੍ਹਨੀ ਹੈ ਨਾ, ਬਾਣੀ ਪੜ੍ਹਨ ਵਾਲਾ ਆਪ ਸਾਰਾ ਲਾਹਾ ਲੈ ਲੈਂਦਾ, ਜਾਂ ਇੱਕ ਦੋ ਉਹਦੀ ਸੰਗਤ ਕਰਨ ਵਾਲਿਆਂ ਦਾ ਪਾਰ ਉਤਾਰਾ ਹੋ ਜਾਂਦਾ, ਬਹੁਤਿਆਂ ਦਾ ਨਹੀਂ ਉਹਦੇ ਨਾਲ ਪਾਰ ਉਤਾਰਾ ਹੋਣਾ। ਬਾਣੀ ਪੜ੍ਹਨ ਵਾਲਾ ਆਪ ਉੱਧਰ ਗਿਆ, ਜਾਂ ਉਹਦੀ ਸੰਗਤ ਕਰਨ ਵਾਲੇ ਜਿਹਨਾਂ ਨੇ ਉਹਦੇ ਕੋਲੋਂ ਬਾਣੀ ਸੁਣੀ, ਦੋ ਚਾਰ ਪੰਜ ਦਸ ਸੌ ਪੰਜਾਹ ਕਹਿ ਲਓ, ਹਜ਼ਾਰ ਕਹਿ ਲਓ, ਜਿੰਨੇ ਕੁ ਉਹਦੇ ਨੇੜੇ ਰਹਿਣ ਵਾਲੇ ਹੈ, ਜਿੰਨੇ ਉਹਦੀ ਸੰਗਤ ਕਰਨ ਵਾਲੇ ਇਰਦ ਗਿਰਦ, ਜਿਹਨਾਂ ਜਿਹਨਾਂ ਨੂੰ ਉਹਨੇ ਆਪਣੇ ਗੁਆਂਢੀਆਂ ਨੂੰ ਆਪਣੇ ਸਾਥੀਆਂ ਨੂੰ ਬਾਣੀ ਸੁਣਾਈ ਨਾ, ਉਹਨਾਂ ਦਾ ਵੀ ਪਾਰ ਉਤਾਰਾ ਕਰ ਲੈਂਦਾ ਅਤੇ ਆਪਣਾ ਵੀ ਉਧਾਰ ਕਰ ਲੈਂਦਾ। ਪਰ ਜਿਹੜੇ ਦੂਰ ਦੁਰਾਡੇ ਬੈਠੇ ਆ ਉਹਨਾਂ ਤੱਕ ਨਹੀਂ ਬਾਣੀ ਪਹੁੰਚਦੀ ਹੈ। ਕੀਰਤਨ ਕਰਨ ਮੇਘ ਕੀ ਵਰਖਾ, ਕਹਿੰਦੇ ਜਿਵੇਂ ਬੱਦਲ ਜਦੋਂ ਚੜ੍ਹ ਕੇ ਆਉਂਦੇ ਆ ਨਾ, ਬੱਦਲਾਂ ਵਿੱਚੋਂ ਫਿਰ ਮੀਂਹ ਵਰਸਦਾ, ਉਦੋਂ ਫਿਰ ਦੂਰ ਦੂਰ ਤੱਕ ਜਿੰਨੇ ਵੀ ਖੇਤ ਹੈ ਪਾਣੀ ਨਾਲ ਭਰ ਜਾਂਦੇ ਆ, ਫਸਲਾਂ ਹਰੀਆਂ ਭਰੀਆਂ ਹੋ ਜਾਂਦੀਆਂ, ਸਾਰੀਆਂ ਖੇਤੀਆਂ ਨੂੰ ਪਾਣੀ ਮਿਲ ਜਾਂਦਾ, ਪਾਣੀ ਆ ਜਾਂਦਾ। ਇਸੇ ਤਰ੍ਹਾਂ ਕਹਿੰਦੇ ਜਿਵੇਂ ਕੀਰਤਨ ਕਰਨ ਮੇਘ ਕੀ ਵਰਖਾ, ਜਿਹੜਾ ਕੀਰਤਨ ਕਰਨਾ ਇਹ ਮੇਘ ਬੱਦਲ ਦੀ ਵਰਖਾ ਦੀ ਨਿਆਈ ਹੈ। ਇਹਦੇ ਨਾਲ ਦੂਰ ਦੂਰ ਤੱਕ ਜਿੱਥੇ ਜਿੱਥੇ ਵੀ ਕੋਈ ਸੰਗਤਾਂ ਬੈਠੀਆਂ ਕੀਰਤਨ ਸੁਣਦੀਆਂ, ਸਾਰਿਆਂ ਤੱਕ ਕੀਰਤਨ ਦਾ ਅਸਰ ਪਹੁੰਚ ਜਾਂਦਾ ਹੈ, ਭਾਵ ਸਾਰਿਆਂ ਦਾ ਪਾਰ ਉਤਾਰਾ ਹੁੰਦਾ ਹੈ। ਵਰਖੇ ਜਲ ਹੋਏ ਜੀਵਨ ਹਰਖਾ, ਔਰ ਜਿਵੇਂ ਜਦੋਂ ਮੀਂਹ ਪੈਂਦਾ ਦੂਰ ਦੂਰ ਤੱਕ ਸੈਂਕੜੇ ਕਿਲੋਮੀਟਰਾਂ ਤੱਕ ਹਜ਼ਾਰਾਂ ਮੀਲਾਂ ਤੱਕ ਸਾਰੇ ਖੇਤਾਂ ਵਿੱਚ ਪਾਣੀ ਪਹੁੰਚ ਜਾਂਦਾ ਔਰ ਖੇਤੀ ਹਰੀ ਭਰੀ ਹੋ ਜਾਂਦੀ ਹੈ, ਜੀਵ ਜੰਤੂ ਵੀ ਪ੍ਰਸੰਨ ਹੋ ਜਾਂਦੇ ਹੈ, ਪ੍ਰਾਣੀ ਵੀ ਐਨ ਉਹਨਾਂ ਦੇ ਹਿਰਦੇ ਵਿੱਚ ਵੀ ਸ਼ਾਂਤੀ ਆ ਜਾਂਦੀ ਹੈ ਕਿ ਫਸਲਾਂ ਨੂੰ ਮੀਂਹ ਨੇ ਚੰਗੀ ਤਰ੍ਹਾਂ ਐਨ ਸਿੰਜ ਕੇ ਹਰੀਆਂ ਭਰੀਆਂ ਕਰ ਦਿੱਤਾ ਹੈ, ਸਾਰੇ ਜੀਵ ਸੁਖੀ ਹੋ ਜਾਂਦੇ ਹਨ। ਖੇਤੀ ਜਹ ਕੈ ਹਰੀਅਲ ਹੋਵੇ, ਜਿੱਥੇ ਕਿਤੇ ਖੇਤੀ ਬੀਜੀ ਹੋਈ ਹੋਵੇ ਮੀਂਹ ਪੈ ਜਾਏ, ਭਾਵੇਂ ਮਾਰੂ ਇਲਾਕੇ ਵਿੱਚ ਫਸਲ ਬੀਜੀ ਹੈ ਉੱਥੇ ਵੀ ਹਰੀ ਭਰੀ ਹੋ ਜਾਂਦੀ ਹੈ ਮੀਂਹ ਨਾਲ, ਔਰ ਨੇੜੇ ਦੀਆਂ ਵੀ
ਸਾਰੀਆਂ ਹੀ ਖੇਤੀਆਂ ਫਸਲਾਂ ਹਰੀਆਂ ਭਰੀਆਂ ਹੋ ਜਾਂਦੀਆਂ ਹਨ, ਸਾਰੇ ਜੀਵ ਪ੍ਰਸੰਨ ਹੋ ਜਾਂਦੇ ਹੈ। ਸਾਬਤ ਦਾਨੋ ਤਿੰਨ ਮਹਿ ਜੋਵੈ, ਔਰ ਉਹਨਾਂ ਖੇਤੀਆਂ ਭਾਵ ਫਸਲਾਂ ਵਿੱਚ ਦਾਣੇ ਪੂਰੇ ਪੈ ਕੇ ਸਾਬਤ ਅਨਾਜ ਪੂਰਾ ਸਹੀ ਪੈਦਾ ਹੋ ਜਾਂਦਾ ਜੇ ਸਮੇਂ ਸਿਰ ਵਰਖਾ ਹੋਈ ਜਾਏ। ਵਰਖਾ ਕਿਉਂ ਹੁੰਦੀ ਹੈ? ਜਦੋਂ ਸਾਧ ਸੰਗਤ ਜੀ ਵਾਤਾਵਰਣ ਦੇ ਵਿੱਚ ਬਿਰਛਾਂ ਦੀ ਜਿਹੜੀ ਮਿਣਤੀ ਹੈ, ਮਿਕਦਾਰ ਹੈ, ਉਹ ਪੂਰੀ ਹੋਵੇ। ਪੁਰਾਣੇ ਸਮਿਆਂ ਵਿੱਚ ਕਿਉਂ ਖੇਤੀਆਂ ਹੋ ਜਾਂਦੀਆਂ ਸਨ? ਸਾਡੀ ਧਰਤੀ 'ਤੇ ਬਿਰਛ ਲੱਗੇ ਹੋਏ ਸਨ, ਦਰਖਤ ਲੱਗੇ ਹੋਏ ਸਨ। ਦਰਖਤ ਜਿਹੜੇ ਹੈ ਨਾ, ਉਹਨਾਂ ਦੇ ਕਾਰਨ ਵਰਖਾ ਸਮੇਂ ਸਿਰ ਔਰ ਵਕਤ ਸਿਰ ਆਉਂਦੀ ਹੈ। ਜਿਹੜੇ ਇਲਾਕਿਆਂ ਵਿੱਚ ਦਰਖਤਾਂ ਦੀ ਘਾਟ ਆ, ਉੱਥੇ ਸਾਧ ਸੰਗਤ ਜੀ ਕਾਲ ਬਹੁਤ ਛੇਤੀ ਪੈ ਜਾਂਦਾ। ਰਾਜਸਥਾਨ ਦੇ ਇਲਾਕੇ ਵਿੱਚ ਕਿੰਨਾ ਕਾਲ ਪਿਆ ਹੋਇਆ, ਅੱਜ ਕੱਲ੍ਹ ਵੀ ਪਸ਼ੂਆਂ ਨੂੰ ਖਾਣ ਵਾਸਤੇ ਉਹਨਾਂ ਕੋਲ ਵਿਚਾਰਿਆਂ ਕੋਲ ਪੱਠੇ ਵੀ ਨਹੀਂ ਹੈਗੇ, ਕਿਉਂ ਮੀਂਹ ਨਹੀਂ ਪੈਂਦਾ ਉੱਥੇ। ਮੀਂਹ ਨਾ ਪੈਣ ਦਾ ਕਾਰਨ ਇੱਕ ਇਹ ਵੀ ਹੈ, ਕੁਦਰਤ ਦੇ ਵੱਲੋਂ ਉੱਥੇ ਦਰਖਤਾਂ ਦੀ ਬਹੁਤ ਵੱਡੀ ਘਾਟ ਹੈ। ਵਿਦੇਸ਼ਾਂ ਵਿੱਚ ਮੈਂ ਦੇਖਿਆ ਉਹਨਾਂ ਦੇ ਇੰਨੇ ਸਖਤ ਕਾਨੂੰਨ ਬਣਾਏ ਹੋਏ ਹੈ, ਕੋਈ ਇੱਕ ਦਰਖਤ ਵੀ ਆਪਣੇ ਖੇਤ ਵਿੱਚੋਂ ਆਪਣੇ ਘਰ ਵਿੱਚੋਂ ਤੁਸੀਂ ਕੱਟਣਾ ਨਾ ਤਾਂ 10 ਥਾਵਾਂ ਤੋਂ ਮਨਜ਼ੂਰੀਆਂ ਲੈਣੀਆਂ ਪੈਣਗੀਆਂ। ਜੇ ਤੁਸੀਂ ਆਪਣੀ ਮਰਜ਼ੀ ਨਾਲ ਦਰਖਤ ਕੱਟਤਾ, ਤੁਹਾਨੂੰ ਉਸੇ ਵਕਤ ਮੁਕੱਦਮਾ ਦਰਜ ਹੋ ਜਾਂਦਾ ਤਾਂ ਸਜ਼ਾ ਹੁੰਦੀ ਹੈ। ਦਰਖਤ ਕੱਟਣ ਤੋਂ ਪਹਿਲਾਂ ਮਨਜ਼ੂਰੀ ਲੈਣੀ ਹੈ। ਜੇ ਸਰਕਾਰ ਵਿਭਾਗ ਮਹਿਕਮਾ ਮਨਜ਼ੂਰੀ ਦਏਗਾ ਤਾਂ ਤੁਸੀਂ ਕੱਟ ਸਕਦੇ ਹੋ। ਫਿਰ ਉਹ ਮਹਿਕਮੇ ਵਾਲੇ ਆ ਕੇ ਦੇਖਦੇ ਆ ਵੀ ਇਹ ਦਰਖਤ ਕੱਟਣਾ ਕਿਉਂ ਜ਼ਰੂਰੀ, ਕਿਉਂ ਲਾਜ਼ਮੀ ਹੈ, ਇਹਦੇ ਨਾਲ ਕੋਈ ਨੁਕਸਾਨ ਤਾਂ ਨਹੀਂ ਹੁੰਦਾ। ਫਿਰ ਉਹ ਆਰਡਰ ਦਿੰਦੇ ਹੈ ਕਿ ਇਹ ਦਰਖਤ ਜੇ ਇੱਥੋਂ ਕੱਟਣਾ, ਇਹਦੇ ਕੱਟਣ ਤੋਂ ਪਹਿਲਾਂ 1 ਸਾਲ 2 ਸਾਲ ਇਹਦੇ ਬਰਾਬਰ ਇੰਨੀ ਵਿੱਥ 'ਤੇ ਦੂਜਾ ਦਰਖਤ ਲਾਓ। ਫਿਰ ਉਹ ਦਰਖਤ ਕੱਟਣ ਦੀ ਆਗਿਆ ਦਿੰਦੇ ਹੈ। ਐਵੇਂ ਦਰਖਤ ਨਹੀਂ ਤੁਸੀਂ ਕੱਟ ਸਕਦੇ। ਕਨੇਡਾ ਦੇ ਵਿੱਚ ਹੁਣ ਲੱਕੜ ਦੇ ਉੱਥੇ ਮਕਾਨ ਬਣਦੇ ਆ, ਬਾਹਰਲੇ ਮੁਲਕਾਂ 'ਚ, ਅਮੈਰੀਕਾ, ਕਨੇਡਾ, ਇੰਗਲੈਂਡ ਵਿੱਚ ਲੱਕੜ ਦੀ ਤਾਂ ਜ਼ਰੂਰਤ ਹੀ ਆ ਉਹਨਾਂ ਨੂੰ। ਪਰ ਉਹ ਜਿਨ੍ਹਾਂ ਲੋਕਾਂ ਨੂੰ ਲੱਕੜ ਕੱਟਣ ਦਾ, ਜੰਗਲਾਂ ਦੇ ਜੰਗਲਾਂ ਦਾ ਠੇਕਾ ਦਿੰਦੇ ਹੈ, ਉਹਨਾਂ ਉੱਤੇ ਇੱਕ ਮਹਿਕਮਾ ਲਾਇਆ ਹੋਇਆ ਕਿ ਜਿੰਨੇ ਦਰਖਤ ਇਹਨਾਂ ਨੇ ਕੱਟਣੇ ਆ, ਉਸ ਤੋਂ ਪਹਿਲਾਂ ਪਹਿਲਾਂ ਉਹਨਾਂ ਦਰਖਤਾਂ ਦੇ ਮੁੱਢਾਂ ਦੇ ਵਿੱਚ ਥਾਂ ਥਾਂ ਉਨੇ ਉਨੇ ਦਰਖਤ ਲਾਉਣੇ ਆ, ਫਿਰ ਉਹ ਕੱਟਣੇ ਆ, ਔਰ ਉਹ ਵੀ ਮਿਣਤੀ ਨਾਲ ਵੀ ਇੰਨੇ ਤੁਸੀਂ ਕੱਟ ਸਕਦੇ ਹੋ, ਤਾਂ ਕਿ ਮਗਰ ਮਗਰ ਦਰਖਤ ਤਿਆਰ ਹੋਈ ਜਾਣ ਪਹਾੜਾਂ ਵਿੱਚ, ਜੰਗਲਾਂ ਵਿੱਚ। ਜਿੰਨੇ ਕੱਟਣੇ ਆ ਉਨੇ ਸਮੇਂ ਅਨੁਸਾਰ ਵਕਤ ਨਾਲ ਤਿਆਰ ਹੋ ਜਾਣ, ਤਾਂ ਕਿ ਉਹ ਘਾਟ ਨਾ ਆਵੇ, ਪੂਰਾ ਹੀ ਵਾਤਾਵਰਨ ਸਹੀ ਬਣਿਆ ਰਹੇ। ਔਰ ਉੱਥੇ ਦੇਖਿਆ ਸਾਧ ਸੰਗਤ ਜੀ ਬਹੁਤ ਇਲਾਕਿਆਂ ਵਿੱਚ ਕਿ ਉੱਥੇ ਸਮੇਂ ਸਿਰ ਵਰਖਾ ਹੁੰਦੀ ਹੈ। ਕਈ ਇਹੋ ਜਿਹੇ ਇਲਾਕੇ ਆ ਮੈਰੀਲੈਂਡ, ਵਰਜੀਨੀਆ ਦੇ ਵਿੱਚ, ਨਿਊਯਾਰਕ ਤੋਂ ਪਰਲੀਆਂ ਸਟੇਟਾਂ ਵਿੱਚ, ਅਮੈਰੀਕਾ ਵਿੱਚ ਮੈਂ ਦੇਖਿਆ ਉੱਥੇ ਮੱਕੀ ਉੱਚੀਆਂ ਨੀਵੀਆਂ ਥਾਵਾਂ 'ਤੇ ਬੀਜ ਦਿੰਦੇ ਹੈ, ਜਿਹੜੇ ਕੱਚੇ ਮਿੱਟੀ ਦੇ ਟਿੱਬੇ ਨਹੀਂ ਪੁਰਾਣੇ ਸਮਿਆਂ 'ਚ ਹੁੰਦੇ ਸੀ, ਛੋਟੇ ਛੋਟੇ ਪਹਾੜ, ਉਹਨਾਂ 'ਤੇ ਉੱਦਾਂ ਹੀ ਮਸ਼ੀਨਾਂ ਨਾਲ, ਟਰੈਕਟਰਾਂ ਨਾਲ ਮੱਕੀ ਦਾ ਬੀਜ ਪਾ ਦਿੰਦੇ ਹੈ। ਮੈਂ ਉੱਥੇ ਜ਼ਿਮੀਂਦਾਰਾਂ ਨੂੰ ਪੁੱਛਿਆ, ਸਿੰਘ ਨਾਲ ਸਨ, ਵੀ
ਇੱਥੇ ਪਾਣੀ ਕਿਵੇਂ ਚੜ੍ਹੇਗਾ ਜਿਹੜੀ ਉੱਚੀ ਉੱਚੀ ਥਾਂ, ਕਿਤੇ 50 ਫੁੱਟ ਉੱਚੀ, ਕਿਤੇ 20 ਫੁੱਟ ਉੱਚੀ, ਵੀ ਇੱਥੇ ਤਾਂ ਪਾਣੀ ਚੜ੍ਹ ਨਹੀਂ ਸਕਦਾ। ਉਹ ਸਿੰਘ ਕਹਿਣ ਲੱਗੇ ਜੀ ਇੱਥੇ ਪਾਣੀ ਦੇਣ ਦੀ ਲੋੜ ਹੀ ਨਹੀਂ ਪੈਂਦੀ, ਕੇਵਲ ਇੱਕ ਸਮਾਂ ਆਉਂਦਾ ਉਦੋਂ ਅਸੀਂ ਬੀਜ ਜ਼ਮੀਨ ਵਾਹ ਕੇ ਦਾਣਾ ਪਾ ਦੇਈਦਾ, ਵਰਖਾ ਹੁੰਦੀ ਆਪਣੇ ਆਪ ਹੀ ਮੱਕੀ ਹੋ ਜਾਂਦੀ ਹੈ। ਉੱਧਰ ਸੈਂਕੜੇ ਮੀਲਾਂ ਹਜ਼ਾਰਾਂ ਮੀਲਾਂ ਵਿੱਚ ਮਕਾਈ ਹੁੰਦੀ ਹੈ, ਸਾਰੇ ਪਾਸੇ ਚਾਰ ਚਾਰ ਪੰਜ ਪੰਜ ਛੱਲੀਆਂ ਇੱਕ ਇੱਕ ਟਾਂਡੇ ਨੂੰ ਲੱਗਦੀਆਂ, ਔਰ ਉਹ ਫਿਰ ਵੱਢ ਕੇ ਜਿੰਨੇ ਟਾਂਡੇ ਜਿੰਨੇ ਕੱਖ ਹੁੰਦੇ ਆ ਸਾਰਿਆਂ ਦਾ ਕੁਤਰਾ ਬਣਾ ਕੇ ਫਸਲ ਵਿੱਚ ਹੀ ਛੱਡ ਜਾਂਦੇ ਆ, ਖੇਤ ਵਿੱਚ ਹੀ, ਔਰ ਦਾਣੇ ਲੈ ਜਾਂਦੇ ਆ। ਬਹੁਤ ਫਸਲ ਹੁੰਦੀ ਹੈ, ਵਰਖਾ ਦੇ ਨਾਲ ਹੀ ਸਾਰੀ ਫਸਲ ਕੱਢ ਲੈਂਦੇ ਆ ਉਹ ਲੋਕ, ਉਹਨਾਂ ਨੂੰ ਵਿਸ਼ੇਸ਼ ਬੋਰ ਕਰਕੇ ਪਾਣੀ ਦੇਣ ਦੀ ਲੋੜ ਹੀ ਨਹੀਂ ਪੈਂਦੀ, ਬਹੁਤ ਘੱਟ, ਕਿਉਂਕਿ ਵਕਤ ਸਿਰ ਵਰਖਾ ਹੁੰਦੀ ਹੈ। ਵਕਤ ਸਿਰ ਤਾਂ ਹੁੰਦੀ ਹੈ, ਵਾਤਾਵਰਣ ਵਿੱਚ ਉਹਨਾਂ ਨੇ ਬਿਰਛਾਂ ਦੀ ਘਾਟ ਕਦੇ ਆਉਣ ਨਹੀਂ ਦਿੱਤੀ, ਬਿਰਛ ਪੂਰੇ ਲਾਏ ਹੋਏ ਹੈ। ਇਸ ਕਰਕੇ ਮੇਰੀ ਬੇਨਤੀ ਹੈ ਕਿ ਆਪਾਂ ਨੂੰ ਭਾਈ ਬਿਰਛ ਜ਼ਰੂਰ ਲਾਉਣੇ ਚਾਹੀਦੇ ਖੇਤਾਂ ਦੇ ਵਿਚਕਾਰ। ਨਹੀਂ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਖੇਤਾਂ ਵਿੱਚ ਹੁਣ ਬਿਰਛ ਲਾਉਣ ਲੱਗ ਜਾਓ, ਵੱਟਾਂ 'ਤੇ ਲਾਓ, ਬੰਬੀਆਂ 'ਤੇ ਲਾਓ, ਰਸਤਿਆਂ 'ਤੇ ਲਾਓ, ਨਗਰਾਂ ਦੇ ਆਲੇ ਦੁਆਲੇ ਲਾਓ, ਆਪਣਾ ਵਾਤਾਵਰਣ ਆਪਾਂ ਜ਼ਰੂਰ ਸੰਭਾਲੀਏ। ਇਹ ਨਹੀਂ ਵੇਖਣਾ ਕਿ ਅਸੀਂ ਕਿਹੜਾ ਬਿਰਛ ਵੱਡੇ ਹੋਏ ਵੇਖਣੇ, ਤੁਸੀਂ ਨਹੀਂ ਵੇਖਣੇ, ਤੁਹਾਡੇ ਪੁੱਤਰ ਪੋਤਰੇ ਤਾਂ ਵੇਖਣਗੇ ਨਾ। ਅੰਬ ਲਾਓਗੇ ਤੁਸੀਂ ਨਹੀਂ ਚੂਪਣਾ, ਤੁਹਾਡੇ ਪੁੱਤ ਪੋਤੇ ਚੂਪਣਗੇ, ਕੋਈ ਸੀਸ ਦਏਗਾ। ਇਸ ਕਰਕੇ ਭਾਈ ਬਿਰਛ ਜ਼ਰੂਰ ਲਾਉਣੇ ਚਾਹੀਦੇ। ਬਿਰਛ ਲਾਉਣ ਦਾ ਗੁਰੂ ਸਾਹਿਬ ਦਾ ਹੁਕਮ ਹੈ, ਰੁੱਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇ ਤਟਾਂ ਮੇਘਾਂ ਖੇਤਾਂ ਹਾਂ। ਮਹਾਰਾਜ ਜੀ ਨੇ ਕਹਿੰਦੇ ਜੇ ਰੁੱਖ ਲੱਗੇ ਹੋਏ ਹੈ, ਬਿਰਖ ਲੱਗੇ ਹੋਏ ਹੈ ਕਿਨਾਰਿਆਂ ਦੇ ਉੱਤੇ, ਤਾਂ ਹੀ ਮੇਘ ਆ ਕੇ ਖੇਤਾਂ ਵਿੱਚ ਵਰਖਾ ਕਰੂਗਾ ਪਾਣੀ ਦੀ। ਐਵੇਂ ਮੇਘ ਨੇ ਨਹੀਂ ਆਉਣਾ, ਬੱਦਲ ਨੇ ਨਹੀਂ ਆਉਣਾ। ਇਹ ਵੀ ਇੱਕ ਪ੍ਰਮਾਣ ਦਿੱਤਾ ਸਤਿਗੁਰੂ ਜੀ ਨੇ ਇਸ ਪੰਕਤੀ ਦੇ ਵਿੱਚ। ਇਸ ਕਰਕੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਕਿਉਂ ਕਿਹਾ ਹੈ? ਪਾਣੀ ਪਿਤਾ ਦੀ ਨਿਆਈ ਸਾਨੂੰ ਪਾਲ ਰਿਹਾ, ਜਿਵੇਂ ਮਾਂ ਬੱਚੇ ਨੂੰ ਰੋਟੀ ਦਿੰਦੀ ਹੈ, ਦੁੱਧ ਦਿੰਦੀ ਹੈ, ਧਰਤੀ ਮਾਂ ਸਾਨੂੰ ਅੰਨ ਦੇ ਰਹੀ ਹੈ। ਇਹਦੀ ਕਦਰ ਕਰੋ, ਇਹਦੀ ਸੇਵਾ ਸੰਭਾਲ। ਇਹਦੀ ਸੇਵਾ ਸੰਭਾਲ ਕੀ ਹੈ ਕਿ ਬਿਰਛ ਵੱਧ ਤੋਂ ਵੱਧ ਲਾਓ, ਬਿਰਛਾਂ ਦੀ ਘਾਟ ਨਾ ਆਉਣ ਦੇਈਏ। ਹਜ਼ਾਰਾਂ ਬਿਮਾਰੀਆਂ ਬਿਰਛਾਂ ਦਾ ਪੌਣ ਪਾਣੀ ਹੀ ਬੰਦੇ ਦੇ ਠੀਕ ਕਰ ਦਿੰਦਾ ਹੈ। ਐਸੇ ਬਿਰਛ ਐਸੇ ਦਰਖਤ ਹੈ ਜਿਨ੍ਹਾਂ ਦੀ ਹਵਾ, ਜਿਨ੍ਹਾਂ ਦੇ ਫੁੱਲ ਫਲ ਹੀ ਸੈਂਕੜੇ ਰੋਗਾਂ ਦਾ ਇਲਾਜ ਕਰ ਦਿੰਦੇ ਹੈ, ਜਿਨ੍ਹਾਂ ਦੀ ਛਾਂ ਬੈਠਣ ਦੇ ਨਾਲ ਹੀ ਬੰਦੇ ਦੇ ਦੁੱਖ ਕੱਟੇ ਜਾਂਦੇ। ਸੋ ਇਸ ਕਰਕੇ ਭਾਈ ਸਾਨੂੰ ਬਿਰਛ ਵੱਧ ਤੋਂ ਵੱਧ ਲਾਉਣੇ ਚਾਹੀਦੇ ਹੈ, ਪੌਣ ਪਾਣੀ ਸਵੱਛ ਰੱਖਣਾ ਚਾਹੀਦਾ। ਇਸ ਕਰਕੇ ਫਿਰ ਭਾਈ ਸਾਨੂੰ ਥੱਲਿਓਂ ਪਾਣੀ ਕੱਢਣ ਦੀ ਲੋੜ ਬਹੁਤ ਘੱਟ ਪਵੇਗੀ, ਸਮੇਂ ਸਿਰ ਅਨੁਕੂਲ ਵਰਖਾ ਹੋਏਗੀ, ਔਰ ਉਹ ਵਰਖਾ ਦਾ ਪਾਣੀ ਇਕੱਲਾ ਖੇਤੀਆਂ ਨੂੰ ਹਰੀਆਂ ਭਰੀਆਂ ਨਹੀਂ ਕਰਦਾ, ਉਹ ਧਰਤੀ ਵਿੱਚ ਜਦੋਂ ਜੀਰ ਜੀਰ ਕੇ ਥੱਲੇ ਜਾਂਦਾ, ਉਹ ਸ਼ੁੱਧ ਨਿਰਮਲ ਜਲ ਸਾਡੇ ਪੀਣ ਲਈ ਦੁਬਾਰਾ ਵਰਤੋਂ ਵਿੱਚ ਵੀ ਆਉਂਦਾ। ਅੱਜ ਕਿਉਂ ਰੌਲਾ ਪਾ ਰਹੇ ਵਿਚਾਰੇ ਵਿਗਿਆਨੀ ਸਾਇੰਸਦਾਨ ਸਾਇੰਟਿਸਟ ਕਿ ਪਾਣੀ ਦੀ ਵਰਤੋਂ ਕਰਨੀ ਧਿਆਨ ਨਾਲ ਸ਼ੁਰੂ ਕਰੋ, ਪਾਣੀ ਬਚਾਓ, ਕਿ ਧਰਤੀ ਵਿੱਚੋਂ ਸਾਡੀ ਵਿੱਚੋਂ ਪਾਣੀ ਮੁੱਕਦਾ ਜਾ ਰਿਹਾ। ਕਿਤੇ ਐਸਾ ਨਾ ਹੋਏ ਕਿ ਸਾਡੀ ਧਰਤੀ ਮਾਰੂ ਥਾਲੀ ਬਣ ਜਾਏ,
ਸਾਡੀ ਅਣਗਹਿਲੀ ਦੇ ਨਾਲ ਕਿਤੇ ਮਾਰੂ ਥਲ ਨਾ ਬਣ ਜਾਏ ਸਾਡੀ ਧਰਤੀ, ਅਤੇ ਜੀਵਨ ਕਿੱਥੇ ਰਹੇਗਾ ਜੇ ਪਾਣੀ ਨਾ ਰਿਹਾ। ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ। ਪਰਮੇਸ਼ਰ ਨੇ ਪਾਲਣਾ ਤੁਹਾਨੂੰ ਜ਼ਰੂਰ ਹੈ, ਪਰ ਉਹਨੇ ਬੁੱਧੀ ਵੀ ਦਿੱਤੀ ਹੈ, ਅਕਲ ਵੀ ਦਿੱਤੀ ਹੈ ਨਾ। ਉਸ ਵਾਹਿਗੁਰੂ ਨੇ ਜੀਵਨ ਬਚਾਉਣ ਵਾਸਤੇ, ਤੁਹਾਡਾ ਜੀਵਨ ਨਿਰੋਗ ਰੱਖਣ ਵਾਸਤੇ, ਹਰਿਆ ਭਰਿਆ ਰੱਖਣ ਵਾਸਤੇ। ਇਸ ਲਈ ਭਾਈ ਆਪਾਂ ਨੂੰ ਇਹ ਕੁਦਰਤ ਦੇ ਸੋਮਿਆਂ ਦੀ ਸੇਵਾ ਸੰਭਾਲ ਔਰ ਕੁਦਰਤੀ ਸਾਧਨ ਪੈਦਾ ਕਰਨ ਵਾਸਤੇ ਆਪਾਂ ਨੂੰ ਮਿਹਨਤ ਜ਼ਰੂਰ ਕਰਨੀ ਚਾਹੀਦੀ ਹੈ। ਦਰਖਤ ਲਾਉਣ ਵਿੱਚ ਕਿੱਡਾ ਕੁ ਮੁੱਲ ਲੱਗਦਾ, 2-3 ਸਾਲ ਦਰਖਤ ਲਾਓ, ਪਾਣੀ ਪਾ ਦਿਆ ਕਰੋ, ਆਪੇ ਬਾਅਦ ਦੇ ਵਿੱਚ ਤਾਂ ਫਿਰ ਰੱਬ ਪਾਲ ਕੇ ਉਹਨੂੰ ਵੱਡਾ ਕਰ ਦਿੰਦਾ, ਫਿਰ ਬਿਰਛ ਹੀ ਤੁਹਾਨੂੰ ਪਾਲਦਾ, ਛਾਂ ਦਿੰਦਾ, ਫਲ ਫੁੱਲ ਦਿੰਦਾ, ਲੱਕੜ ਦਿੰਦਾ। ਸੋ ਇਸ ਲਈ ਕਿੰਨਾ ਕੁ ਚਿਰ ਆਪਾਂ ਬਗਾਨੇ ਸਾਧਨਾਂ 'ਤੇ ਜੀਵਨ ਕੱਟਾਂਗੇ, ਕਿੰਨਾ ਕੁ ਚਿਰ ਗੈਸਾਂ ਵਰਤਾਂਗੇ ਆਪਾਂ, ਇੱਕ ਦਿਨ ਗੈਸਾਂ ਨੇ ਵੀ ਮੁੱਕ ਜਾਣਾ। ਕੁਦਰਤੀ ਸਾਧਨ ਹੈ ਨਾ ਇਹ, ਕੁਦਰਤ ਦੇ ਵਸੀਲੇ ਨਾ ਰਹੇ ਜੀਵਨ ਕਿਵੇਂ ਰਹੇਗਾ। ਇਸ ਲਈ ਮੈਂ ਇਹ ਬੇਨਤੀ ਕਰਦਾ ਕਿ ਇਹਨਾਂ ਵਸੀਲਿਆਂ ਨੂੰ, ਇਹਨਾਂ ਸਾਧਨਾਂ ਨੂੰ ਆਪਾਂ ਜ਼ਰੂਰ ਬਰ ਜ਼ਰੂਰ ਇਹਨਾਂ ਨੂੰ ਪ੍ਰਚਲਿਤ ਕਰੀਏ, ਇਹਨਾਂ ਉੱਤੇ ਪਹਿਰਾ ਦੇਈਏ ਵੱਧ ਤੋਂ ਵੱਧ। ਹਰ ਬੰਦਾ ਇੱਕ ਇੱਕ ਰੁੱਖ ਜ਼ਰੂਰ ਲਾਉਣ ਦਾ ਉਪਰਾਲਾ ਕਰੇ, ਹਰ ਮਾਈ ਪਾਈ, ਤਾਂ ਕਿ ਕੁਛ ਨਾ ਕੁਛ ਯੋਗਦਾਨ ਆਪਾਂ ਪਾ ਸਕੀਏ। ਖੇਤੀ ਜਾਂ ਕਿ ਹਰੀਅਲ ਹੋਵੇ, ਇਉਂ ਵਰਖਾ ਪੈਂਦੀ ਹੈ, ਖੇਤੀ ਹਰੀ ਭਰੀ ਹੁੰਦੀ ਹੈ। ਔਰ ਸਾਬਦਾਨੋ ਤਿੰਨ ਮੈਂ ਜੋਵੈ, ਸਾਬਤ ਦਾਣੇ ਐਨ ਪੂਰੇ ਬਣ ਜਾਂਦੇ ਹੈ ਜੇ ਸਮੇਂ ਸਿਰ ਵਰਖਾ ਹੁੰਦੀ ਹੈ, ਐਤਕੀ ਮੀਂਹ ਚੰਗਾ ਪੈਂਦਾ ਰਿਹਾ, ਐਤਕੀ ਕਣਕਾਂ ਦਾ ਝਾੜ ਚੰਗਾ ਆਪਣੇ ਇਲਾਕੇ ਵਿੱਚ ਫਰਕ ਪੈ ਜਾਂਦਾ, ਏਕੜ ਪਿੱਛੇ 2 ਕੁਇੰਟਲ 4 ਕੁਇੰਟਲ ਦਾ ਬੜਾ ਫਰਕ ਪੈਂਦਾ ਮੌਸਮ ਦਾ। ਅਤੇ ਜੇ ਉਹੀ ਮੌਸਮ ਸਹੀ ਨਾ ਹੋਵੇ, ਉਹੀ ਝਾੜ ਘੱਟ ਜਾਂਦਾ, ਘਾਟਾ ਪੈਂਦਾ। ਇਸ ਕਰਕੇ ਦਾਣੇ ਐਨ ਸਾਬਤ ਮਾਰਾ ਕਹਿੰਦੇ, ਫਿਰ ਦਾਣੇ ਨਿਰੋਗ ਔਰ ਨਿੱਗਰ ਔਰ ਸਹੀ ਹੋਣਗੇ। ਜੇ ਵਰਖਾ ਪੈਂਦੀ ਹੈ ਤਾਂ ਇੰਨਾ ਫਲ ਹੁੰਦਾ ਹੈ। ਸੁਣੋ ਵਿਸਾਲ ਕਥਾ ਕੋ ਫਲ ਹੈ। ਦੂਜਾ ਮਹਾਰਾਜ ਕਹਿੰਦੇ, ਭਾਈ ਕੀਰਤਨ ਦਾ ਇਉਂ ਫਲ ਹੈ, ਦੂਰ ਦੂਰ ਤੱਕ ਜਿੱਥੇ ਜਿੱਥੇ ਕੋਈ ਬੈਠਾ ਕੀਰਤਨ ਸੁਣ ਕੇ ਬਹੁਤਿਆਂ ਦਾ ਉਧਾਰ ਹੋ ਜਾਂਦਾ। ਬਾਣੀ ਪੜ੍ਹਨ ਵਾਲੇ ਦਾ ਆਪਣਾ ਵੀ ਹੈ, ਜਿਹੜੇ ਉਹਦੇ ਨੇੜੇ ਤੇੜੇ ਰਹਿਣ ਵਾਲੇ ਉਹਨਾਂ ਨੂੰ ਸੁਣਾ ਕੇ, ਜਿਵੇਂ ਖੂਹ ਦਾ ਪਾਣੀ ਗੁਆਂਢੀਆਂ ਨੂੰ ਉਹਨਾਂ ਦੀ ਵੀ ਫਸਲ ਤਿਆਰ ਕਰ ਦਿੰਦਾ, ਬਾਣੀ ਪੜ੍ਹਨ ਵਾਲਾ ਨਾਲ ਦੇ ਦਾ ਵੀ ਭਲਾ ਕਰ ਦਿੰਦਾ, ਪਰ ਬਹੁਤਿਆਂ ਦਾ ਨਹੀਂ। ਕੀਰਤਨ ਸਾਰਿਆਂ ਨੂੰ ਮੁਕਤ ਕਰ ਦਿੰਦਾ, ਸਾਰਿਆਂ ਲਈ ਸੁਖਦਾਇਕ ਹੈ। ਹੁਣ ਸੁਣੋ ਕਥਾ ਕਰਨ ਦਾ ਕੀ ਫਲ ਹੈ, ਬਹੁਤ ਵੱਡਾ। ਝੜੀ ਲਾਗ ਜਿਵੇਂ ਬਰਖਤ ਜਲ ਹੈ, ਜਿਵੇਂ ਝੜੀ ਲੱਗ ਜਾਂਦੀ ਹੈ ਨੇਕ ਰਸ, ਅਤੇ ਵਰਖਾ ਦਾ ਪਾਣੀ ਹੌਲੀ ਹੌਲੀ ਧਰਤੀ ਦੇ ਉੱਤੇ ਵਰਸਦਾ ਹੈ। ਥਿਮਕ ਥਿਮਕ ਬੂੰਦਾਂ ਜੇ ਪਰਹੀ, ਥਿਮਕ ਥਿਮਕ ਹੌਲੀ ਹੌਲੀ ਜਿਹੜੀਆਂ ਬੂੰਦਾਂ ਹਨ ਆਪਣੀ ਰਫਤਾਰ ਨਾਲ ਧਰਤੀ ਦੇ ਵਿੱਚ ਰੁਕ ਰੁਕ ਕੇ ਉੱਤੋਂ ਧਰਤੀ ਤੋਂ, ਜ਼ੋਰਦਾਰ ਨਹੀਂ, ਹੌਲੀ ਹੌਲੀ, ਥਿਮਕ ਦਾ ਅਰਥ ਹੁੰਦਾ ਹੌਲੀ ਹੌਲੀ, ਉਹ ਬੂੰਦਾਂ ਸਹਿਜ ਵਿੱਚ ਟਕਾ ਨਾਲ ਧਰਤੀ ਦੇ ਉੱਤੇ ਆ ਕੇ ਡਿੱਗਦੀਆਂ ਹਨ, ਧਰਤੀ 'ਤੇ ਪੈਂਦੀਆਂ ਹਨ। ਸਭ ਆਪਣੇ ਮੈਂ ਧਰਨੀ ਧਰਹੀ, ਜਿਹੜਾ ਹੌਲੀ ਹੌਲੀ ਝੜੀ ਦਾ ਮੀਂਹ ਪੈਂਦਾ ਨਾ, ਉਹਦੀ ਇੱਕ ਇੱਕ ਬੂੰਦ, ਕਿਉਂਕਿ ਉਹਦੀ ਮਿਕਦਾਰ ਹੈ ਸੰਗਤ ਜੀ। ਹੁਣ ਵੱਡੀ ਬੂੰਦ ਡਿੱਗੇਗੀ, ਹੁਣ ਅੱਗੇ ਬੂੰਦ ਸਮਾਉਣ ਵਾਸਤੇ ਮੰਨ ਲਓ 1/2 ਇੰਚ ਥਾਂ, ਉੱਥੇ 1/2 ਇੰਚ ਨਾਲੋਂ ਵੀ
ਛੋਟੀ ਬੂੰਦ ਪਵੇਗੀ ਉਹ ਸਿੱਧੀ ਧਰਤੀ ਦੇ ਵਿੱਚ ਜਾਏਗੀ। ਜੇ ਥੱਲੇ ਥਾਂ ਥੋੜ੍ਹਾ ਤਾਂ ਪਾਣੀ ਉੱਤੋਂ ਬੂੰਦਾਂ ਵੱਡੀਆਂ ਡਿੱਗ ਪਈਆਂ, ਉਹ ਸਿੱਧਾ ਧਰਤੀ ਵਿੱਚ ਜੀਰ ਨਾ ਫਿਰ ਬਾਹਰ ਰੁੜ ਪੈਂਦਾ। ਪਰ ਜਿਹੜੀਆਂ ਬੂੰਦਾਂ ਕਣੀਆਂ ਪੈਂਦੀਆਂ ਨਾ ਹੌਲੀ ਹੌਲੀ, ਵਰਖਾ ਦੇ ਵਿੱਚ ਝੜੀ ਲੱਗ ਜਾਂਦੀ ਹੈ, ਉਹ ਇੱਕ ਇੱਕ ਬੂੰਦ ਧਰਤੀ ਦੇ ਵਿੱਚ ਸਮਾਈ ਜਾਂਦੀ ਹੈ, ਧਰਤੀ ਨੂੰ ਆਪਣੇ ਵਿੱਚ ਲਈ ਜਾਂਦੀ ਹੈ, ਧਾਰਨ ਕਰਦੀ ਹੈ। ਬਾਦ ਨਾ ਜਾਤ ਪਰਹ ਜਲ ਸੋਏ, ਉਹ ਜਿਹੜਾ ਜਲ ਵਰਖਾ ਦਾ ਪੈਂਦਾ ਵਿਅਰਥ ਨਹੀਂ ਜਾਂਦਾ। ਹੁਣ ਸਾਧ ਸੰਗਤ ਜੀ ਜ਼ੋਰ ਦੀ ਮੀਂਹ ਪੈ ਜਾਏ ਤਾਂ ਉਹ ਹੜ੍ਹ ਲੈ ਆਉਂਦਾ, ਪਰ ਝੜੀ ਲੱਗੀ ਤੋਂ ਕਦੇ ਹੜ੍ਹ ਨਹੀਂ ਆਉਂਦਾ, ਉਲਟਾ ਧਰਤੀ ਦੇ ਵਿੱਚੋਂ ਸਾਰਾ ਪਾਣੀ ਆਪਣੇ ਆਪ ਜਾਈ ਜਾਂਦਾ, ਐਨ ਧਰਤੀ ਥੱਲੇ ਤੱਕ ਡੂੰਘੀ ਧਰਤੀ ਐਨ ਤਰਬ ਤਰ ਹੋ ਜਾਂਦੀ ਹੈ, ਧਰਤੀ ਐਨ ਗਿੱਲੀ ਹੋ ਜਾਂਦੀ ਹੈ। ਖੇਤੀ ਕੋ ਸੁਖਦਾਇਕ ਸੋਏ, ਖੇਤੀਆਂ ਲਈ ਵੀ ਉਹ ਬਹੁਤ ਹੀ ਸੁਖਦਾਇਕ ਹੈ। ਬਿਰਛਾਂ ਦੀਆਂ ਡੜਾਂ ਵਿੱਚ ਬੂੰਦਾਂ ਪੈਂਦੀਆਂ, ਲੰਮਾ ਸਮਾਂ ਉਹਨਾਂ ਨੂੰ ਥੱਲਿਓਂ ਸਾਧ ਸੰਗਤ ਜੀ ਪਾਣੀ ਦਾ ਅਸਰ ਮਿਲਦਾ ਰਹਿੰਦਾ ਫਸਲ ਨੂੰ ਵੀ, ਇਉਂ ਖੇਤੀ ਲਈ ਵੀ ਬੜੀ ਸੁਖਦਾਇਕ ਹੈ। ਤੈਸੇ ਸਮਝਾਵਨ ਸਿੱਖ ਜੇਈ, ਇਵੇਂ ਜਿਹੜੇ ਸਮਝਵਾਨ ਸਿੱਖ ਵਿਦਵਾਨ ਸਿਆਣੇ ਗੁਰਸਿੱਖ ਹੈ ਪੜ੍ਹੇ ਹੋਏ, ਕਥਾ ਕੀਰਤਨ ਕਰਤੇ ਸੇਈ, ਉਹ ਕੀਰਤਨ ਵੀ ਕਰਦੇ ਹੈ ਕਥਾ ਵੀ ਕਰਦੇ ਹੈ। ਸੁਣੈ ਮਮੋਸ਼ੀ ਹਿਰਦੈ ਧਾਰ ਹੈ, ਮੁਕਤੀ ਨੂੰ ਚਾਹੁਣ ਵਾਲਾ ਗੁਰਮੁਖ ਜਗਿਆਸੂ ਸਤਸੰਗੀ ਉਹ ਕੀਰਤਨ ਵੀ ਸੁਣ ਕੇ ਹਿਰਦੇ ਵਿੱਚ ਧਾਰਨ ਕਰਦਾ, ਕਥਾ ਨੂੰ ਵੀ ਹਿਰਦੇ ਵਿੱਚ ਵਸਾਉਂਦਾ ਹੈ। ਗੁਣ ਵਧਾਏ ਵਿਕਾਰ ਨਿਕਾਰ, ਗੁਣ ਵਧਾ ਲੈਂਦਾ ਵਿਕਾਰਾਂ ਨੂੰ ਦੂਰ ਕਰਦਾ, ਔਗੁਣਾਂ ਨੂੰ ਮੇਟਦਾ ਹੈ, ਸ਼ੁਭ ਗੁਣਾਂ ਨੂੰ ਧਾਰਦਾ ਹੈ। ਹਿਰਦੇ ਵਿਚਾਰ ਹੈ ਨਿਰਣੋ ਕਰ, ਨਿਰਣਾ ਕਰਕੇ ਹਿਰਦੇ ਵਿੱਚ ਕਥਾ ਸੁਣ ਕੇ ਵਿਚਾਰ ਕਰਦਾ ਕਿ ਮਹਾਰਾਜ ਜੀ ਨੇ ਆਹ ਗੁਣ ਧਾਰਨ ਕਰਨ ਦਾ ਉਪਦੇਸ਼ ਸਾਨੂੰ ਕਥਾ ਵਿੱਚ ਦਿੱਤਾ, ਉਹ ਸ਼ੁਭ ਗੁਣਾਂ ਨੂੰ ਧਾਰਦਾ ਅਤੇ ਔਗੁਣਾਂ ਨੂੰ ਛੱਡਦਾ। ਇੱਕ ਇੱਕ ਗੁਣ ਧਾਰਨ ਕਰਨ ਲੱਗਦੀ ਹੈ ਨਾ ਇੱਕ ਇੱਕ, ਵੀ ਅੱਜ ਮੈਂ ਆਹ ਸੁਣਿਆ ਆਹ ਮੰਨਣਾ, ਅਗਲੀ ਵਾਰੀ ਆਹ ਸੁਣਿਆ ਆਹ ਮੰਨਣਾ, ਆਪਣੇ ਆਪ ਹੀ ਔਗੁਣ ਅੰਦਰੋਂ ਨਿਕਲਣ ਲੱਗ ਜਾਂਦੇ ਆ, ਕੂੜਾ ਕਰਕਟ ਬਾਹਰ ਆਉਣ ਲੱਗ ਜਾਂਦਾ ਔਗੁਣਾਂ ਦਾ, ਸ਼ੁਭ ਗੁਣ ਉੱਥੇ ਆ ਕੇ ਟਿਕ ਜਾਂਦੇ ਹਨ। ਆਤਮ ਗਿਆਨ ਭਲੇ ਉਰ ਧਰੈ, ਆਤਮ ਗਿਆਨ ਗੁਰੂ ਕੀ ਬਾਣੀ ਦੀ ਕਥਾ ਦੇ ਵਿੱਚੋਂ ਜਿਹੜਾ ਮਿਲਦਾ ਹੈ ਪਰਮੇਸ਼ੁਰ ਦੀ ਪ੍ਰਾਪਤੀ ਦਾ, ਉਹਨੂੰ ਚੰਗੀ ਤਰ੍ਹਾਂ ਹਿਰਦੇ ਵਿੱਚ ਗੁਰਮੁਖ ਫਿਰ ਧਾਰਨ ਕਰ ਲੈਂਦਾ ਵਸਾ ਲੈਂਦਾ। ਪਰਮੇਸ਼ੁਰ ਦੀ ਪ੍ਰਾਪਤੀ ਦਾ ਜਿਹੜਾ ਗਿਆਨ ਹੈ, ਕਥਾ ਕੀਰਤਨ ਦੋਨੋਂ ਮਿਲੇ, ਮਾਰ ਕਹਿੰਦੇ ਵੀ ਕੀਰਤਨ ਔਰ ਕਥਾ ਦੋਨੋਂ ਹੀ ਮਿਲ ਕੇ ਸੋਭਾ ਪਾਵਤ ਅਤ ਹੀ ਭਲੇ, ਅਤਿਅੰਤ ਹੀ ਚੰਗੇ ਆ ਔਰ ਅਤਿਅੰਤ ਹੀ ਸ਼ੋਭਾ ਪਾਉਂਦੇ ਆ। ਸ਼ਹਿਰਾਂ ਵਾਲੇ ਕੀਰਤਨ ਦਰਬਾਰ ਕਰਾ ਲਓ ਕਥਾ ਦਾ ਨਾਂ ਹੀ ਨਹੀਂ ਲੈਂਦੇ, ਕਥਾ ਸੁਣ ਕੇ ਰਾਜੀ ਨਹੀਂ। ਅਤੇ ਸਾਧ ਸੰਗਤ ਜੀ ਉਹ ਇਕੱਲਾ ਕੀਰਤਨ ਹੀ ਸੁਣਦੇ ਆ, ਉਹ ਵੀ ਉਹਨਾਂ ਦਾ ਕੰਨ ਰਸ ਜਿਹਾ ਹੀ ਬਣ ਗਿਆ, ਵੀ ਜਿਹੜਾ ਚੰਗੀਆਂ ਸੁਰਾਂ ਤਾਲ ਕੱਢਦਾ ਉਹਦੇ ਵੱਲ ਉਹਨੂੰ ਬਹੁਤ ਵਾਹਵਾ ਵਾਹਵਾ ਕਰਦੇ ਹੈ, ਜਿਹੜਾ ਕੋਈ ਰਾਗ ਵਿੱਚ ਪ੍ਰੇਮ ਨਾਲ ਕੀਰਤਨ ਕਰੇ ਬਾਣੀ ਦੀ ਉਹ ਸੋਝੀ ਨਹੀਂ ਉਹਨਾਂ ਨੂੰ। ਇਸੇ ਕਰਕੇ ਕਈ ਵਾਰੀ ਬਹੁਤ ਵੱਡੀਆਂ ਢਲਿਆਈਆਂ ਉਹਨਾਂ ਵਿੱਚ, ਕੀਰਤਨ ਸਾਰੇ ਸੁਣੀ ਜਾਣਗੇ ਜੇ ਕੋਈ ਕਥਾ ਕਰਨ ਲੱਗੇ ਉੱਠ ਕੇ ਤੁਰ ਪੈਂਦੇ ਹੈ। ਮਹਾਰਾਜ ਸਾਹਿਬ ਨੇ ਇਕੱਲਾ ਕੀਰਤਨ ਇਕੱਲੀ ਕਥਾ ਨਹੀਂ, ਦੋਨਾਂ ਦੀ ਆਗਿਆ ਕੀਤੀ ਹੈ, ਪਾਰ ਬ੍ਰਹਮ ਹੋਆ ਸਹਾਈ, ਕੀਰਤਨ ਕਥਾ ਸੁਖਦਾਈ, ਕਥਾ ਕੀਰਤਨ ਸੁਖਦਾਈ। ਕਥਾ ਵੀ ਕਰਨੀ ਕੀਰਤਨ ਵੀ ਕਰਨਾ, ਕੀਰਤਨ ਵੀ ਕਰਾਓ ਕਥਾ ਵੀ ਕਰਾਓ, ਦੋਨੋਂ ਹੀ ਸੋਭਾ ਪਾਉਂਦੇ ਆ। ਸਤਿਗੁਰੂ ਜੀ ਕਹਿੰਦੇ ਤੇ ਅੰਤ
ਕਥਾ ਵਧਾਵੈ ਮਹਾ ਮਹਾਤਮ, ਜਿਹੜੀ ਕਥਾ ਇਹੀ ਮਹਾਤਮ ਦੱਸਦੀ ਹੈ, ਗੁਰਬਾਣੀ ਦਾ, ਕੀਰਤਨ ਦਾ, ਸੇਵਾ ਦਾ, ਇਹੀ ਮਹਾਤਮ ਦਾ ਬਹੁਤਾ ਗਿਆਨ ਕਰਾਉਂਦੀ ਹੈ। ਕੀਰਤਨ ਸੁਣਤੇ ਸ਼ੁੱਧ ਹੋਏ ਆਤਮ, ਕੀਰਤਨ ਸੁਣਦਿਆਂ ਸੁਣਦਿਆਂ ਹਿਰਦਾ ਸ਼ੁੱਧ ਹੋ ਜਾਂਦਾ, ਐਨ ਨਿਰਮਲ ਹੋ ਜਾਂਦਾ, ਮੋਮ ਵਰਗਾ ਕੋਮਲ ਐਨ ਪ੍ਰੇਮ ਦਾ ਪ੍ਰਵਾਹ ਚੱਲ ਪੈਂਦਾ ਹੈ। ਜਬਹ ਕੀਰਤਨ ਕਰਹਿ ਭਲੇਰਾ, ਜਦੋਂ ਕੋਈ ਪ੍ਰੇਮ ਨਾਲ ਬਹੁਤਾ ਰਸਦਾਇਕ ਕੀਰਤਨ ਕਰਦਾ ਹੈ ਭਲਾ ਪੁਰਸ਼, ਹਰਖ ਵਧਾਵੈ ਬਹੁ ਮਨ ਕੇਰਾ, ਮਨ ਵਿੱਚ ਬਹੁਤ ਫਿਰ ਪ੍ਰਸੰਨਤਾ ਪੈਦਾ ਹੁੰਦੀ ਹੈ। ਕੀਰਤਨ ਚੰਗਾ ਗੁਰਮੁਖ ਕੋਈ ਰਾਗੀ ਸਿੰਘ ਕੀਰਤਨ ਕਰਦੇ ਹੈ, ਬੜਾ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਕੀਰਤਨ ਸੁਣ ਕੇ। ਜਥਾ ਮਾਤ ਪੁੱਤਰਨ ਤੇ ਛਾਜੈ, ਪਰ ਮਹਾਰਾਜ ਕਹਿੰਦੇ ਮਾਂ ਤਾਂ ਹੀ ਫੱਬਦੀ ਹੈ ਜੇ ਉਹਦੇ ਕੋਲੇ ਪੁੱਤਰ ਹੈ, ਪੁੱਤਰਾਂ ਤੋਂ ਬਿਨਾਂ ਮਾਂ ਨਹੀਂ ਫੱਬਦੀ, ਸੋਭਦੀ ਨਹੀਂ ਹੈ। ਤਥਾ ਕਥਾ ਕੀਰਤਨ ਤੇ ਰਾਜੈ, ਇਵੇਂ ਜਿਹੜੀ ਕਥਾ ਨਾ, ਕਥਾ ਇਹ ਕੀਰਤਨ ਕਰਨ ਨਾਲ ਹੀ ਸੋਭਦੀ ਹੈ। ਰਾਜੈ ਨਾਮ ਹੁੰਦਾ ਪ੍ਰਸੰਨਤਾ ਦਾ, ਕਥਾ ਵੀ ਤਾਂ ਹੀ ਫੱਬਦੀ ਹੈ, ਸੋਭਦੀ ਹੈ, ਚੰਗੀ ਲੱਗਦੀ ਹੈ ਜੇ ਨਾਲ ਕੀਰਤਨ ਹੋਵੇ। ਜਿਵੇਂ ਪੁੱਤਰਨ ਕੋ ਪਾਲਹਿ ਮਾਤਾ, ਜਿਵੇਂ ਮਾਤਾ ਪੁੱਤਰਾਂ ਨੂੰ ਪਾਲਦੀ ਹੈ ਬੜੇ ਪ੍ਰੇਮ ਨਾਲ, ਤਥਾ ਕਥਾ ਕੀਰਤਨ ਹਰ ਖਾਤਾ, ਜਿਵੇਂ ਸਾਧ ਸੰਗਤ ਜੀ ਜਿਹੜੀ ਮਾਂ ਉਹ ਕਥਾ ਹੈ, ਕਥਾ ਆਪਣੇ ਪੁੱਤਰ ਕੀਰਤਨ ਨੂੰ ਵੇਖ ਕੇ ਪ੍ਰਸੰਨ ਹੁੰਦੀ ਹੈ, ਇਉਂ ਪ੍ਰਮਾਣ ਦੇ ਰਹੇ ਆ ਮਹਾਰਾਜ। ਜਿੱਥੇ ਕੀਰਤਨ ਹੋਏਗਾ ਉੱਥੇ ਕਥਾ ਵੀ ਨਾਲ ਹੋਵੇ। ਪੁੱਤਰ ਤੋਂ ਬਿਨਾਂ ਮਾਂ ਨਹੀਂ ਚੰਗੀ ਲੱਗਦੀ। ਜਿਸ ਮਾਂ ਦੀ ਗੋਦ ਵਿੱਚ ਪੁੱਤਰ ਹੈ, ਅਗਲਾ ਕਹਿੰਦਾ ਇਹ ਸੁਹਾਗ ਬੰਤੀ ਹੈ, ਪੁੱਤਰ ਬੰਤੀ ਹੈ, ਭਾਗਾਂ ਵਾਲੀ ਹੈ ਇਹ ਮਾਂ ਜਿਹਦੀ ਗੋਦ ਵਿੱਚ ਪੁੱਤਰ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਕਥਾ ਵੀ ਉੱਥੇ ਫੱਬਦੀ ਹੈ ਜਿੱਥੇ ਕੀਰਤਨ ਹੁੰਦਾ ਹੈ। ਸੁਣ ਬੋਲੇ ਸਿੱਖ ਹਮੈਂ ਬਤਾਵੋ, ਸਿੱਖ ਪੁੱਲ ਪੁੱਛ ਕੇ ਸਿੱਖਾਂ ਨੇ ਉਸ ਵਕਤ ਬੇਨਤੀ ਕੀਤੀ, ਸਤਿਗੁਰੂ ਜੀ ਸਾਨੂੰ ਇਹ ਦੱਸਣਾ ਕਰੋ। ਸੁਤ ਜਨਨੀ ਦ੍ਰਿਸ਼ਟਾਂਤ ਜਨਾਵੋ, ਮਾਂ ਦਾ ਤੇ ਪੁੱਤਰ ਦਾ ਤਾਂ ਦ੍ਰਿਸ਼ਟਾਂਤ ਦੱਸ ਦਿੱਤਾ ਕਿ ਮਾਂ ਕਥਾ ਹੈ, ਕੀਰਤਨ ਪੁੱਤਰ ਹੈ। ਕੀਰਤਨ ਪਿਤਾ ਕਥਾ ਪਤ ਕੌਣ, ਕੀਰਤਨ ਦਾ ਪਿਤਾ ਤੇ ਕਥਾ ਦਾ ਪਤੀ ਕੌਣ ਹੈ? ਕਥਾ ਮਾਂ ਹੋ ਗਈ, ਕੀਰਤਨ ਪੁੱਤਰ ਹੋ ਗਿਆ ਨਾ, ਫਿਰ ਕੀਰਤਨ ਦਾ ਪਿਤਾ ਕੌਣ ਹੈ ਤੇ ਕਥਾ ਦਾ ਪਤੀ ਕੌਣ ਹੈ ਦੱਸੋ। ਸੋ ਭੀ ਵਰਨੋ ਹੋਏ ਹੋ ਜਾਣ, ਜਿਹੜਾ ਕਥਾ ਦਾ ਪਤੀ ਹੈ, ਕੀਰਤਨ ਦਾ ਪਿਤਾ ਹੈ, ਉਹ ਜੌਨ ਜਿਹੜਾ ਹੈ ਉਹ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ। ਕਹਿਓ ਗੁਰੂ ਸੋ ਪ੍ਰੇਮ ਪਛਾਨ, ਆਖੋ ਭਾਈ ਵਾਹਿਗੁਰੂ। ਮਹਾਰਾਜ ਕਹਿੰਦੇ ਭਾਈ ਉਹ ਹੈ ਪ੍ਰੇਮ, ਪ੍ਰੇਮ ਜਾਣ ਲਓ, ਕਥਾ ਦਾ ਪਤੀ, ਕੀਰਤਨ ਦਾ ਪਿਤਾ, ਉਹ ਹੈ ਪ੍ਰੇਮ ਹੈ ਜਿਹੜਾ ਇਹ ਘਾਟ ਨੂੰ ਪੂਰੀ ਕਰਦਾ ਹੈ। ਕਥਾ ਕੀਰਤਨ ਪ੍ਰੇਮ ਜੇ ਠੰਨ ਹੋ, ਜੇ ਕਥਾ ਔਰ ਕੀਰਤਨ ਦੇ ਨਾਲ ਪ੍ਰੇਮ ਹੋਵੇ ਨਾ ਮਨ ਵਿੱਚ, ਪ੍ਰੇਮ ਹੋਏ ਸੋਭਤ ਹੈ ਦੋਏ, ਪ੍ਰੇਮ ਕਰਕੇ ਦੋਨੋਂ ਹੀ ਸੋਭਦੇ ਹੈ। ਜੇ ਪ੍ਰੇਮ ਨਹੀਂ ਕਥਾ ਕਰਨ ਵਾਲੇ ਦੇ ਮਨ ਵਿੱਚ, ਕੀਰਤਨ ਕਰਨ ਵਾਲੇ ਦੇ ਮਨ ਵਿੱਚ, ਸੁਣਨ ਵਾਲੇ ਦੇ ਮਨ ਵਿੱਚ ਵੀ ਪ੍ਰੇਮ ਨਹੀਂ, ਫਿਰ ਸ਼ੋਭਾ ਕੀ ਪਾਵੇਗਾ। ਜਿਸ ਤੇ ਮਹਾ ਮਹਾਤਮ ਹੋਏ, ਪ੍ਰੇਮ ਕਰਕੇ ਬਹੁਤ ਵੱਡਾ ਫਲ ਕਥਾ ਕੀਰਤਨ ਕਰਨ ਦਾ ਤੇ ਸੁਣਨ ਦਾ ਮਿਲਦਾ ਹੈ, ਇਹਦਾ ਬਹੁਤਾ ਹੀ ਮਹਾਤਮ ਬਣ ਜਾਂਦਾ ਹੈ। ਸੁਣ ਸਤਿਗੁਰ ਕੋ ਦਵੈ ਉਪਦੇਸ਼, ਸਤਿਗੁਰੂ ਜੀ ਦੇ ਉਪਦੇਸ਼ ਦੋਨੋਂ ਹੀ
ਪ੍ਰੇਮ ਵਾਲਾ ਕੀਰਤਨ ਔਰ ਕਥਾ ਵਾਲਾ ਸੁਣ ਕੇ ਕੀਰਤਨ ਲਾਗੇ ਕਰਨ ਹਮੇਸ਼ਾ ਭਾਈ ਚਾਂਡੂ ਭਾਈ ਮੁਕੰਦਾ ਭਾਈ ਕਦਾਰਾ ਕੀਰਤਨ ਕਰਨ ਲੱਗ ਪਏ ਮਹਾਂ ਪ੍ਰੇਮ ਤੇ ਸ਼ਬਦ ਸੁਗਾਵੇ ਬਹੁਤੇ ਪ੍ਰੇਮ ਨਾਲ ਗੁਰੂ ਕੀ ਬਾਣੀ ਦੇ ਸ਼ਬਦ ਕੀਰਤਨ ਵਿੱਚ ਗਾਉਂਦੇ ਹੈ ਨਹੀਂ ਕਾਮਨਾ ਕੋਈ ਉਠਾਵੇ ਕੋਈ ਮਨ ਵਿੱਚ ਕਾਮਨਾ ਨਹੀਂ ਉਠਾਉਂਦੇ ਵੀ ਸਾਨੂੰ ਆਹ ਮਿਲ ਜੇ ਆਹ ਇੱਛਾ ਪੂਰੀ ਹੋ ਜੇ ਮਨ ਨਿਸ਼ਕਾਮ ਹੋ ਗਿਆ ਕਾਮਨਾ ਤੋਂ ਰਹਿਤ ਪਰਾ ਲਬਦ ਕਰ ਜੋ ਕਿਛ ਪਾਏ ਪਰਾ ਲਬਦ ਤਾਂ ਪਰਮੇਸ਼ਰ ਨੇ ਹਰ ਇੱਕ ਦੀ ਲਿਖੀ ਹੈ ਦੇਣੀ ਦੇਣੀ ਹੈ ਨਾਸਤਕ ਬੰਦੇ ਨੂੰ ਵੀ ਪਰਾ ਲਬਦ ਲਿਖ ਕੇ ਦਿੱਤੀ ਹੈ ਤੂੰ ਮੇਰਾ ਨਾਂ ਨਹੀਂ ਲੈਣਾ ਨਾ ਲੈ ਮੰਨਣਾ ਨਾ ਮੰਨ ਪਰ ਮੈਂ ਤੈਨੂੰ ਪਾਲਣਾ ਤੇਰੇ ਕਰਮਾਂ 'ਚ ਮੈਂ ਰੋਜੀ ਰਿਜਕ ਲਿਖਿਆ ਹੀ ਹੈ ਉਹ ਤੈਨੂੰ ਦੇਣਾ ਹੀ ਦੇਣਾ ਪਰਮੇਸ਼ਰ ਨੂੰ ਐਡਾ ਦਿਆਲੂ ਐਡਾ ਕਿਰਪਾਲੂ ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦਬਖਸ਼ਿੰਦ ਜਿਹੜੇ ਉਹਦੀ ਨਿੰਦਿਆ ਕਰਦੇ ਆ ਰੱਬ ਦੀ ਜਿਹੜੇ ਉਹਨੂੰ ਮੰਨਦੇ ਵੀ ਨਹੀਂ ਜਿਹੜੇ ਉਹਦਾ ਵਿਰੋਧ ਵੀ ਕਰਦੇ ਆ ਵੀ ਰੱਬ ਹੈ ਨਹੀਂ ਨਾ ਇਹੋ ਜਿਹੇ ਅਕਿਰਤ ਘਣਾ ਨੂੰ ਵੀ ਰੱਬ ਪਾਲਦਾ ਕੀਤੇ ਹੋਏ ਪਰਉਪਕਾਰ ਨੂੰ ਭੁਲਾਉਣ ਵਾਲੇ ਨੂੰ ਅਕਿਰਤ ਘਣ ਕਹਿੰਦੇ ਆ ਕਿਸੇ ਦੇ ਕੀਤੇ ਪਰਉਪਕਾਰ ਨੂੰ ਜਿਹੜਾ ਬੰਦਾ ਭੁੱਲ ਜਾਂਦਾ ਨਾ ਜ਼ਿੰਦਗੀ ਵਿੱਚ ਉਹਨੂੰ ਅਕਿਰਤ ਘਣ ਕਿਹਾ ਜਾਂਦਾ ਅਕਿਰਤ ਘਣ ਨੂੰ ਸਭ ਤੋਂ ਵੱਡਾ ਪਾਪੀ ਮੰਨਿਆ ਜਾਂਦਾ ਸੰਗਤ ਜੀ ਸੰਸਾਰ ਵਿੱਚ ਅਕਿਰਤ ਘਣ ਨਾਲੋਂ ਵੱਡਾ ਪਾਪੀ ਹੋਰ ਨਹੀਂ ਕੋਈ ਇਸ ਕਰਕੇ ਪਰਮੇਸ਼ੁਰ ਐਡਾ ਦਿਆਲੂ ਵੇਖੋ ਅਕਿਰਤ ਘਣ ਜਿਹੜੇ ਪਾਪੀ ਹੈ ਨਾ ਉਹਨਾਂ ਨੂੰ ਵੀ ਰੋਜੀ ਰਿਜਕ ਦਿੰਦਾ ਐਡਾ ਮੇਰਾ ਵਾਹਿਗੁਰੂ ਹੈ ਪਰ ਰੱਬ ਤਾਂ ਉਹਨੇ ਸਾਰਿਆਂ ਦੀ ਲਿਖੀ ਹੈ ਸਾਰਿਆਂ ਦੇ ਕਰਮਾਂ ਦੇ ਵਿੱਚ ਰਿਜਕ ਉਹਨੇ ਲਿਖਿਆ ਹੀ ਹੋਇਆ ਸਿਰ ਸਿਰ ਰਿਜਕ ਸਮਾਹੇ ਠਾਕੁਰ ਕਾਹੇ ਮਨ ਪਉ ਕਰਿਆ ਸਾਧਨ ਬਣਾਇਆ ਵੀ ਇੱਧਰ ਨੂੰ ਤੁਰ ਜਾ ਆਹ ਕੰਮ ਕਰ ਤੇਰੀ ਰੋਜੀ ਤੈਨੂੰ ਇਸ ਤਰ੍ਹਾਂ ਮਿਲੇਗੀ ਉਸ ਪਾਸੇ ਜੀਵ ਸਾਰੇ ਆਪੋ ਆਪਣੀ ਕਾਰ ਵਿੱਚ ਲੱਗੇ ਹੋਏ ਹੈ ਇਸ ਕਰਕੇ ਪਰਾ ਲਬਦ ਜੋ ਵਾਹਿਗੁਰੂ ਨੇ ਲਿਖਿਆ ਉਹ ਮਿਲਣਾ ਹੀ ਮਿਲਣਾ ਸਤਿਪੁਰਸ਼ਾਂ ਦਾ ਕਥਨ ਹੈ ਪਰਾ ਲਬਦ ਸੱਤ ਛੱਪਰ ਪਾੜ ਕੇ ਵੀ ਤੁਹਾਡੇ ਕੋਲ ਆਏਗੀ ਰੱਬ ਨੇ ਦੇਣੀ ਦੇਣੀ ਹੈ ਕੋਈ ਦੁਨੀਆ ਦੀ ਤਾਕਤ ਨਹੀਂ ਉਹਨੂੰ ਰੋਕ ਸਕੇ ਜਿਹੜਾ ਇੱਥੇ ਲੇਖ ਲਿਖ ਦਿੱਤਾ ਅਤੇ ਜਿਹੜਾ ਲਿਖਿਆ ਨਹੀਂ ਨਾ ਜਿੰਨੀਆਂ ਮਰਜ਼ੀ ਬੰਦਾ ਠੱਗੀਆਂ ਕਰ ਲਵੇ ਚੋਰੀਆਂ ਕਰ ਲਵੇ ਛਲ ਕਰ ਲਵੇ ਧੋਖਾ ਕਰ ਲਵੇ ਉਹ ਕੋਲ ਰਹਿੰਦੀ ਨਹੀਂ ਉਹ ਸਮਾਂ ਦੁੱਖ ਦੇ ਕੇ ਜਾਂਦੀ ਹੈ ਵਧੇਰੇ ਦੁੱਖ ਦੇ ਕੇ ਫਿਰ ਨਿਕਲਦੀ ਹੈ ਕੋਲੋਂ ਜੇ ਬੰਦਾ ਬਲ ਛਲ ਕਰੇ ਵੀ ਇਸ ਕਰਕੇ ਵਾਹਿਗੁਰੂ ਵੱਲੋਂ ਜਿਹੜੀ ਪਰਾ ਲਬਦ ਲਿਖੀ ਹੋਈ ਹੈ ਨਾ ਜੋ ਕੁਝ ਉਸ ਅਨੁਸਾਰ ਮਿਲਦਾ ਉਹ ਪ੍ਰਾਪਤ ਕਰਦੇ ਹੈ ਭਾਵ ਉਸ ਵਾਹਿਗੁਰੂ ਵੱਲੋਂ ਦਿੱਤੀ ਹੋਈ ਦਾਤਾਂ ਵਿੱਚ ਹੀ ਪਰਮੇਸ਼ੁਰ ਵਾਹਿਗੁਰੂ ਦੀਆਂ ਦਾਤਾਂ ਉੱਤੇ ਹੀ ਭਰੋਸਾ ਰੱਖਦੇ ਆ ਕਿ ਜੋ ਸਾਡੇ ਕਰਮਾਂ ਵਿੱਚ ਲਿਖਿਆ ਉਹ ਸਾਨੂੰ ਮਿਲਣਾ ਹੀ ਹੈ ਕਿਰਿਆ ਦੇਹ ਕੀ ਸੋ ਨਿਭਾਏ ਔਰ ਆਪਣੇ ਦੇਹ ਦੀ ਸਰੀਰ ਦੀ ਕਿਰਿਆ ਵਸਤਰ ਪਾਉਣੇ ਖਾਣਾ ਪੀਣਾ ਜੋ ਪਰਾ ਲਬਦ ਉਹੀ ਹੁੰਦੀ ਹੈ ਸਾਧ ਸੰਗਤ ਜੀ ਇੱਕ ਗੁਰਮੁਖ ਕਿਰਤ ਕਰਦੇ ਹੈ ਉਹ ਕਿਰਤ ਕਮਾਈ ਕਰਦੇ ਹੈ ਇੱਕ ਗੁਰਮੁਖ ਮਹਾਂਪੁਰਖ ਕੀਰਤਨ ਕਥਾ ਕਰਦੇ ਆ ਨਾਮ ਜਪਦੇ ਆ ਪਰਮੇਸ਼ੁਰ ਉਹਨਾਂ ਦੀ ਪਰਾਰਬਦ ਉਹਨਾਂ ਨੂੰ ਦੇਈ ਜਾਂਦਾ ਦੁਕਾਨ ਵਾਲੇ ਨੂੰ ਦੁਕਾਨ ਦੀ ਵਪਾਰ ਵਾਲੇ ਨੂੰ ਵਪਾਰ ਦੀ ਕਿਰਤ ਵਿਰਤ ਕਰਨ ਵਾਲੇ ਨੂੰ ਕਿਰਤ ਵਿਰਤ ਦੀ ਨੌਕਰੀ ਚਾਕਰੀ ਵਾਲੇ ਨੂੰ ਨੌਕਰੀ ਚਾਕਰੀ ਵਿੱਚੋਂ ਇਹ ਉਹਨੇ ਕੋਈ ਨਾ ਕੋਈ ਰਾਹ ਪਰਮੇਸ਼ੁਰ ਨੇ ਬਣਾਏ ਹੋਏ ਹੈ ਸੋ ਪਰਾ ਲਬਦ ਜੋ ਆਪਣੇ ਆਪ ਆਏ ਇੱਛਾ ਨਿੱਛ ਪਰਿਚਿਆ ਤਿਰਵਿਧ ਕਰਮ ਕੇ ਭੋਗ
ਇਹ ਤਿੰਨ ਤਰ੍ਹਾਂ ਦੇ ਭੋਗ, ਤਿੰਨ ਤਰ੍ਹਾਂ ਦੀ ਪਰਾਲਬਧ ਮੰਨੀ ਹੈ। ਇੱਕ ਤਾਂ ਆਪਣੇ ਮਨ ਵਿੱਚ ਇੱਛਾ ਹੋ ਗਈ ਕਿ ਆਹ ਮਿਲ ਜਾਏ, ਉਹ ਵੀ ਤੁਹਾਡੇ ਕਰਮਾਂ ਅਨੁਸਾਰ ਤੁਹਾਡੇ ਕੋਲ ਵਸਤੂ ਆ ਗਈ, ਇੱਛਾ ਨਿੱਚ ਪਰੀਚਿਆ। ਔਰ ਇੱਕ ਆਪਣੀ ਇੱਛਾ ਹੋ ਗਈ, ਆਪਣੀ ਇੱਛਾ ਹੈ ਨਹੀਂ ਮਨ ਵਿੱਚ, ਮਹਾਤਮਾ ਦੇ ਕੋਈ ਇੱਛਾ ਹੀ ਨਹੀਂ ਵੀ ਮੈਨੂੰ ਆਹ ਮਿਲੇ ਆਹ ਮਿਲੇ। ਪ੍ਰੇਮ ਕਰਨ ਵਾਲੇ ਜਗਿਆਸੂ ਸਤਸੰਗੀ ਕਹਿੰਦੇ ਮਹਾਰਾਜ ਆਹ ਵਸਤਰ ਲੈ ਲਓ, ਮਾਇਆ ਪਦਾਰਥ ਲੈ ਲਓ। ਉਹ ਕਹਿੰਦੇ ਸਾਨੂੰ ਲੋੜ ਨਹੀਂ। ਕਹਿੰਦੇ ਮਹਾਰਾਜ ਤੁਹਾਨੂੰ ਲੋੜ ਨਹੀਂ, ਸਾਡੀ ਇੱਛਾ ਅਸੀਂ ਤੁਹਾਨੂੰ ਜ਼ਰੂਰ ਅਰਪਿਤ ਕਰਨਾ। ਜਾਂ ਕੋਈ ਵੀ ਬੰਦਾ ਤੁਹਾਡੇ ਮਨ ਵਿੱਚ ਇੱਛਾ ਨਹੀਂ, ਕੋਈ ਬਦੋ ਬਦੀ ਲੈ ਕੇ ਆਇਆ ਤੁਹਾਨੂੰ ਦੇਣ ਵਾਸਤੇ, ਉਹ ਵੀ ਤੁਹਾਡੀ ਪਰਾਲਬਧੀ ਚੱਲ ਕੇ ਆਈ ਹੈ, ਉਹ ਪਰਮੇਸ਼ਰ ਨੇ ਭੇਜੀ ਹੈ। ਇੱਛਾ ਨਿੱਜ ਪ੍ਰੀਛਿਆ ਤਿਰਵਿਧ ਕਰਮ ਕੇ ਭੋਗ। ਔਰ ਇੱਕ ਨਾ ਤਾਂ ਇੱਛਾ ਹੋਈ ਮਨ ਵਿੱਚ, ਨਾ ਹੀ ਸਾਧ ਸੰਗਤ ਜੀ ਦੂਜੇ ਦੀ ਇੱਛਾ ਹੈ ਦੇਣ ਵਿੱਚ, ਜੋ ਅਚਨਚੇਤ ਆਪਣੇ ਆਪ ਹੀ, ਇੱਕ ਤਾਂ ਤੁਹਾਡੇ ਮਨ ਵਿੱਚ ਪੈਦਾ ਹੋ ਗਈ ਨਾ, ਨਾ ਤੁਹਾਡੇ ਮਨ ਵਿੱਚ ਹੈ ਨਾ ਮੇਰੇ ਮਨ ਵਿੱਚ ਹੈ, ਆਪਣੇ ਆਪ ਹੀ ਚੱਲ ਕੇ ਜੋ ਕੁਛ ਆ ਗਿਆ ਬਿਨਾਂ ਇੱਛਾ ਤੋਂ, ਨਾ ਦੇਣ ਵਾਲੇ ਵਿੱਚ ਨਾ ਲੈਣ ਵੇਲੇ ਵਿੱਚ। ਕਈ ਗੁਰਮੁਖਾਂ ਦੇ ਦੇਣ ਵਾਲਿਆਂ ਦੇ ਵੀ ਨਹੀਂ ਇੱਛਾ ਹੁੰਦੀ ਨਾ ਲੈਣ ਵਾਲੇ ਦੀ, ਤੀਜਾ ਪਤਾ ਨਹੀਂ ਕਿਹੜੇ ਪਾਸਿਓਂ ਆ ਗਈ। ਜਿਵੇਂ ਖਿਨਮੈ ਨੀਚ ਕੀਟ ਕੌ ਰਾਜ, ਪਾਰ ਬ੍ਰਹਮ ਗਰੀਬਨ ਵਾਟ। ਮਹਾਰਾਜਾ ਹੀਰਾ ਸਿੰਘ ਹਲ ਵਾਹੁੰਦਾ ਹੈ, ਸਿਰ 'ਤੇ ਮੜਾਸਾ ਬੰਨਿਆ, ਮਨ ਮਨ ਮਿੱਟੀ ਵਸਤਰਾਂ ਨੂੰ ਲੱਗੀ ਆ, ਲਿਬੜਿਆ ਹੋਇਆ ਹੈ। ਨਾ ਤਾਂ ਉਹਦੇ ਮਨ ਵਿੱਚ ਇੱਛਾ ਸੀ ਕਿ ਮੈਨੂੰ ਰਾਜ ਭਾਗ ਮਿਲ ਜੇ, ਅਤੇ ਨਾ ਉਹਨੂੰ ਇੰਨਾ ਮਾਂ ਭਰੋਸਾ ਹੀ ਸੀ ਕਿ ਮੈਨੂੰ ਕਦੇ ਰਾਜ ਭਾਗ ਮਿਲੇਗਾ, ਨਾ ਰਾਜ ਦੇਣ ਵਾਲਿਆਂ ਦੇ ਮਨ 'ਚ ਸੀ ਵੀ ਸਾਡੀ ਵੰਸ਼ ਵਿੱਚੋਂ ਇਹਨੂੰ ਰਾਜ ਦੇਵਾਂਗੇ। ਪਰ ਪਰਮੇਸ਼ਰ ਨੇ ਉਹਨੂੰ ਨਾਭੇ ਦੇ ਰਾਜ ਭਾਗ ਦੀ ਗੱਦੀ, ਪਰਿਵਾਰ ਵਿੱਚੋਂ ਕਹਿੰਦੇ ਕੋਈ ਰਾਜਕੁਆਰ ਨਹੀਂ ਰਿਹਾ, ਵਜ਼ੀਰਾਂ ਨੇ ਸਲਾਹ ਕੀਤੀ, ਹੀਰਾ ਸਿੰਘ ਹਲ ਵਾਹ ਰਿਹਾ ਆਪਣੇ ਖੇਤਾਂ ਵਿੱਚ, ਨਾਭੇ ਦੀ ਰਿਆਸਤ ਦਾ ਇਹ ਬਜ਼ੁਰਗ ਹੋਇਆ, ਬੜਾ ਧਰਮਾਤਮਾ ਮਹਾਤਮਾ ਰਾਜਾ ਹੋਇਆ। ਸੰਗਤ ਜੀ ਹਲ ਵਾਹੁੰਦੇ ਵਾਹੁੰਦੇ ਨੂੰ ਲੈ ਆਏ ਨਾਭੇ, ਇਸ਼ਨਾਨ ਕਰਾ ਕੇ ਪੁਸ਼ਾਕ ਪਹਿਨਾ ਕੇ ਰਾਜ ਤਿਲਕ ਦੇ ਕੇ ਰਾਜਾ ਬਣਾ ਲਿਆ। ਇਹ ਹੋਈ ਆ ਰੱਬ ਦੀ ਕਿਰਪਾ, ਇਹ ਪਰਮੇਸ਼ਰ ਨੇ ਭੇਜਿਆ ਵੀ ਤੇਰੇ ਕਰਮਾਂ ਦੇ ਵਿੱਚ ਤੈਨੂੰ ਰਾਜ ਦੇਣਾ। ਇਹ ਤਿੰਨ ਤਰ੍ਹਾਂ ਦੀ ਪਰਾਲਬਧ ਜੀਵ ਦੀ ਮੰਨੀ ਹੈ, ਇਹ ਪਰਮਾਤਮਾ ਦਿੰਦਾ ਹੀ ਦਿੰਦਾ ਹੈ। ਇਸ ਕਰਕੇ ਇਹ ਭਾਈ ਆਪਣਾ ਗੁਜ਼ਾਰਾ ਉਸ ਵਿੱਚ ਹੀ ਕਰਦੇ ਆ, ਭਾਵ ਸਬਰ ਕਰਦੇ ਆ, ਸਿਦਕ ਰੱਖਦੇ ਆ, ਮਰੂ ਮਰੂ ਨਹੀਂ ਕਰਦੇ ਵੀ ਜੇ ਕੀਰਤਨ ਕਥਾ ਕੀਤੀ ਹੈ ਥੋੜ੍ਹੀ ਬਹੁਤੀ ਮਾਇਆ ਨਹੀਂ ਹੋਈ ਤਾਂ ਫਿਰ ਐਵੇਂ ਮਰੂ ਮਰੂ ਕਰੀ ਜਾਣਾ, ਸੜੂ ਸੜੂ ਕਰੀ ਜਾਣਾ, ਇੰਨੇ ਨਹੀਂ ਹੋਏ ਦੁਬਾਰਾ ਨਹੀਂ ਉੱਥੇ ਜਾਣਾ। ਉਹ ਬਈ ਜਿੰਨੇ ਕਰਮਾਂ 'ਚ ਸੀ ਚੁੱਕ ਕੇ ਪਾ ਲਓ ਜੇਬ 'ਚ, ਅਗਲੀ ਥਾਂ 'ਤੇ ਮਿਲ ਜੂਗਾ, ਪਰਮੇਸ਼ਰ ਦੇ ਦੂਗਾ। ਕਾਹਨੂੰ ਐਵੇਂ ਮਨ ਨੂੰ ਤ੍ਰਿਸ਼ਨਾ ਵਿੱਚ ਭਟਕਾਉਣਾ, ਪਰਮੇਸ਼ਰ ਗੁਰੂ ਸਾਹਿਬ ਕਮੀ ਥੋੜ੍ਹੋ ਰਹਿਣ ਦਿੰਦੇ ਹੈ, ਕਮੀ ਨਹੀਂ ਮਹਾਰਾਜ ਰਹਿਣ ਦਿੰਦੇ। ਕਦੇ ਕੋਈ ਗੁਰੂ ਕਾ ਰਾਗੀ ਕੀਰਤਨੀਆ ਕੋਈ ਕਥਾ ਵਾਚਕ ਬਾਣੀ ਪੜ੍ਹਨ ਵਾਲਾ ਮੈਂ ਤਾਂ ਭੁੱਖਾ ਮਰਦਾ ਦੇਖਿਆ ਨਹੀਂ। ਇਹ ਬਾਣੀ ਦਾ ਸੇਵਾ ਦਾ ਫਲ ਹੈ ਮਹਾਰਾਜ,
ਇਹ ਤਾਂ ਬਹੁਤ ਵੱਡੀਆਂ ਬਖਸ਼ਿਸ਼ਾਂ। ਵੱਡੇ ਵੱਡੇ ਰਾਗੀ ਸਿੰਘ ਕਥਾ ਵਾਚਕੋ ਭਾਵੇਂ ਹਜ਼ਾਰਾਂ ਨੂੰ ਲੰਗਰ ਛਕਾਈ ਜਾਣ ਤਾਂ ਵੀ ਨਹੀਂ ਮੁੱਕਦਾ। ਇਹ ਕਿਹੜਾ ਉਹਨਾਂ ਨੇ ਕੋਈ ਹਲ ਵਾਹਿਆ, ਇਹ ਬਾਣੀ ਗਾ ਕੇ ਹੀ ਉਹਨਾਂ ਨੂੰ ਮਿਲਿਆ ਨਾ। ਬਾਣੀ ਦੀ ਕਮਾਈ ਕਰਕੇ ਸੰਗਤ ਨੇ ਉਹਨਾਂ ਨਾਲ ਪਿਆਰ ਕੀਤਾ, ਸਭ ਕੁਛ ਦਿੱਤਾ ਆਪਣੀ ਨੇਕ ਕਮਾਈ ਵਿੱਚੋਂ। ਇਸ ਕਰਕੇ ਆਪਣੀ ਪ੍ਰਾਰਬਧ ਅਨੁਸਾਰ ਗੁਜ਼ਾਰਾ ਕਰ ਲੈਂਦੇ ਹੈ, ਭਰੋਸਾ ਰੱਖਦੇ ਆ ਵਾਹਿਗੁਰੂ ਦੇ ਵੱਲੋਂ ਜੋ ਮਿਲਿਆ ਹੈ ਉਸ ਵਿੱਚ। ਕਰੈ ਭਾਉ ਸਿੱਖ ਸੰਗਤ ਦੇਤ, ਔਰ ਜੋ ਸੰਗਤਾਂ ਬਹੁਤਾ ਪ੍ਰੇਮ ਕਰਕੇ ਦੇ ਦਿੰਦੀਆਂ ਹਨ, ਮੰਗਦੇ ਨਹੀਂ ਹਨ। ਕਰ ਗੁਜਰਾਨ ਆਪਣੀ ਲੇਤ, ਆਪਣਾ ਗੁਜ਼ਾਰਾ ਉਸੇ ਵਿੱਚ ਹੀ ਕਰ ਲੈਂਦੇ ਹੈ। ਕੀਰਤਨ ਕਰਤ ਰਹਿ ਨਿਸ਼ਕਾਮ, ਕੀਰਤਨ ਕਥਾ ਕਰਦੇ ਨਿਸ਼ਕਾਮ ਰਹਿੰਦੇ ਆ, ਇੱਛਾ ਨਹੀਂ ਕਰਦੇ ਮਨ ਵਿੱਚ। ਗੁਰ ਸੇਵਾ ਲਹਿ ਪਦ ਅਭਿਰਾਮ, ਗੁਰੂ ਸਾਹਿਬ ਦੇ ਦਰ ਦੀ ਸੇਵਾ ਕਰਦਿਆਂ ਕਰਦਿਆਂ ਬਹੁਤ ਉੱਚੀ ਪਦਵੀ ਮਹਾਰਾਜ ਦੀ ਪ੍ਰਸੰਨਤਾ ਦੀ, ਗੁਰੂ ਦੇ ਚਰਨਾਂ ਵਿੱਚ ਭੇਦਤਾ ਦੀ, ਗੁਰੂ ਦੀਆਂ ਖੁਸ਼ੀਆਂ ਦੀ, ਉਹ ਪਦਵੀ ਇਹਨਾਂ ਨੂੰ ਪ੍ਰਾਪਤ ਹੋਈ। ਸੰਗਤ ਜੀ, ਐਸੀ ਕਿਰਪਾ ਨਾਲ ਧੰਨ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਨੂੰ ਨਾਨਕ ਨਦਰੀ ਨਦਰ ਨਿਹਾਲ ਨਿਹਾਲ ਕਰਕੇ ਤਾਰ ਦਿੱਤਾ। ਸੋ ਆਓ ਸੰਗਤ ਜੀ, ਸਮਾਂ ਹੁਣ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ। ਸਾਰੇ ਨਗਰ ਦੀ, ਇਲਾਕੇ ਦੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ, ਨਗਰ ਪੰਚਾਇਤ ਦਾ, ਮੁੱਖ ਗ੍ਰੰਥੀ ਸਾਹਿਬ ਜੀ ਦਾ, ਔਰ ਸਾਧ ਸੰਗਤ ਜੀ, ਬਹੁਤ ਹੀ ਸਨਮਾਨਯੋਗ ਬਾਬਾ ਹਰਦੀਪ ਸਿੰਘ ਜੀ ਅਤੇ ਸਮੂਹ ਸਾਧ ਸੰਗਤ ਨਗਰ ਭੀਲੋਵਾਲ, ਸਾਰੀ ਸੰਗਤ ਦਾ ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਰੋਮ ਰੋਮ ਕਰਕੇ ਧੰਨਵਾਦ ਕਰਦਾ ਹਾਂ। ਆਪ ਸੰਗਤਾਂ ਨੂੰ ਬੇਨਤੀ ਹੈ, 1 ਜੂਨ ਤੋਂ ਲੈ ਕੇ 6 ਜੂਨ ਤੱਕ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਹੀਦੀ ਦੀਵਾਨ ਰੋਜ਼ਾਨਾ ਸਜਿਆ ਕਰਨੇ ਹੈ। ਉਹਨਾਂ ਵਿੱਚ ਵੀ ਸਾਧ ਸੰਗਤ ਜੀ ਤੁਸੀਂ ਹੁੰਮ ਹੁਮਾ ਕੇ ਪਹੁੰਚਿਆ ਕਰਨਾ, 3 ਵਜੇ ਤੋਂ ਸ਼ਾਮ ਦੇ 5:30-6 ਵਜੇ ਤੱਕ। ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਾਗੀ ਜਥੇ ਕੀਰਤਨ ਕਰਿਆ ਕਰਨਗੇ 6 ਜੂਨ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ। ਸਾਰੇ ਨਗਰ ਦੀ ਸੰਗਤ ਨੇ, ਇਲਾਕੇ ਦੀ ਸੰਗਤ ਨੇ ਹੁੰਮ ਹੁਮਾ ਕੇ ਸ਼ਹੀਦੀ ਸਮਾਗਮਾਂ ਵਿੱਚ ਹਾਜ਼ਰੀ ਭਰਨੀ ਹੈ, ਇਹ ਬੇਨਤੀ ਤੁਸੀਂ ਪ੍ਰਵਾਨ ਕਰਨੀ। ਆਓ ਹੁਣ ਅਰਦਾਸ ਹੋਏਗੀ, ਉਪਰੰਤ ਸ਼੍ਰੀ ਮੁੱਖ ਵਾਕ ਔਰ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਅਗਲੇ ਸਮਾਗਮਾਂ ਦੀਆਂ ਕੁਝ ਬੇਨਤੀਆਂ ਕਰਨਗੇ, ਉਹ ਬੇਨਤੀਆਂ ਪ੍ਰੇਮ ਨਾਲ ਸੁਣਨੀਆਂ, ਨਾਲ ਨਾਲ ਦੇਗ ਵਰਤੇਗੀ। ਉਪਰੰਤ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੁਖਾਸਨ ਸੰਪੂਰਨ ਹੋਣ 'ਤੇ ਸੱਚੇ ਪਾਤਸ਼ਾਹ ਜਦੋਂ ਚਾਲਾ ਪਾਉਣਗੇ ਆਪਣੇ ਨਿੱਜ ਸੁਖਾਸਨ ਅਸਥਾਨ ਨੂੰ, ਫਿਰ ਸੰਗਤਾਂ ਨੇ ਜੋ ਵੀ ਜਲ ਪਾਣੀ ਲੰਗਰ ਤਿਆਰ ਹੋਵੇ ਛੱਕ ਕੇ ਫਿਰ ਜਾਣਾ ਘਰਾਂ ਨੂੰ, ਇਹ ਬੇਨਤੀ ਪ੍ਰਵਾਨ ਕਰਨੀ ਸਾਰਿਆਂ ਨੇ। ਮੈਂ ਸੰਤ ਬਾਬਾ ਗੁਰਭੇਦ ਸਿੰਘ ਜੀ ਖੁਡਾਲੇ ਵਾਲੇ ਬੁਲਾਰੇ ਸੰਤ ਸਮਾਜ, ਜਿਨ੍ਹਾਂ ਨੇ ਇਸ ਨਗਰ ਵਿੱਚ ਇਹ ਸਮਾਗਮ ਰੱਖਣ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ, ਮੈਂ ਬਾਬਾ ਜੀ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ। ਅੱਜ ਦੇ ਦੀਵਾਨ ਵਿੱਚ ਸਾਡੇ ਸਤਿਕਾਰਯੋਗ ਸੰਤ ਬਾਬਾ ਸੱਜਣ ਸਿੰਘ ਜੀ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਾਲੇ ਉਚੇਚੇ ਤੌਰ 'ਤੇ ਪਹੁੰਚੇ ਹੈ। ਇਸੇ ਤਰ੍ਹਾਂ ਸਾਡੇ ਮਹਾਨ ਇਸ ਇਲਾਕੇ ਵਿੱਚ ਜਿਨ੍ਹਾਂ ਨੇ ਬਹੁਤ ਕੀਰਤਨ ਰਾਹੀਂ, ਗੁਰਮਤਿ ਦੇ ਪ੍ਰਚਾਰ ਰਾਹੀਂ ਬਹੁਤ ਸੰਗਤਾਂ ਦੀ ਸੇਵਾ ਕੀਤੀ ਹੈ ਅਤੇ ਕਰ ਰਹੇ ਹੈ, ਸੰਤ ਬਾਬਾ ਗੁਰਦੀਪ ਸਿੰਘ ਜੀ ਖੁਡਾਲੇ ਵਾਲੇ, ਸੰਤ ਬਾਬਾ ਸੁਖਵੰਤ ਸਿੰਘ ਜੀ ਟਨਣਕਿਆਂ ਵਾਲੇ, ਮੈਂ ਸਾਰੇ ਮਹਾਂਪੁਰਖਾਂ ਦਾ, ਗਿਆਨੀ ਪ੍ਰਗਟ ਸਿੰਘ ਜੀ ਦਾ,
ਸਭ ਦਾ ਹੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਭੁੱਲਾਂ ਚੁੱਕਾਂ ਖਿਮਾ ਕਰਨੀਆਂ ਤਨੀ ਹਾਜ਼ਰੀ ਪ੍ਰਵਾਨ ਕਰਨੀ ਕਰ ਗੁਜਰਾਨ ਆਪਣੀ ਲੇਤ ਕੀਰਤਨ ਕਰਤ ਰਹਿ ਨਿਸ਼ਕਾਮ ਗੁਰ ਸੇਵਾ ਲਹਿ ਪਦ ਅਬਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ।